ਨਾਮ ਸ਼੍ਰੀ ਵਾਹਿਗੁਰੂ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਕਰੇ ਮਲੇ ਬਲਾਈ, ਤਾਂ ਤੇ ਅੰਗਦ ਅੰਗ ਸੰਗ ਪਇਓ ਸੈ, ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ, ਗੁਰ ਅਮਰਦਾਸ ਕੀ ਕਥ ਕਥਾ, ਇੱਕ ਜੀ ਕਿਛ ਕਹਿ ਨਨ ਜਾਇ, ਸੋਡੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਬੜਾ, ਸੋਡੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਬੜਾ, ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸੁਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਘਰ ਛੇਵਾਂ, ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੋ ਜੋ ਜੂਨੀ ਆਇਓ ਤੇ ਤੇ ਉਰਜਾਇਓ, ਮਾਨਸ ਜਨਮ ਸੰਜੋਗ ਪਾਇਆ, ਤਾਕੀ ਹੈ ਓਟ ਸਾਧ, ਰਾਖੋ ਦੇ ਕਰ ਹਾਥ, ਕਰ ਕਿਰਪਾ ਮਿਲੋ ਹਰ ਰਾਇਆ, ਜੋ ਜੋ ਤੁਨੀ ਆਇਓ
ਤਿਹ ਤਿਹ ਉਰ ਜਾਇਓ। ਮਾਨਸ ਜਨਮ ਸੰਜੋਗ ਪਾਇਆ, ਤਾਕੀ ਹੈ ਓਟ ਸਾਧ, ਰਾਖੋ ਦੇ ਕਰ ਹਾਥ, ਕਰ ਕਿਰਪਾ ਮਿਲੋ ਹਰ ਰਾਇਆ। ਅਨਕ ਜਨਮ ਭ੍ਰਮ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ, ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਅਨਕ ਜਨਮ ਭ੍ਰਮ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ, ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਰਹਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੈਠੇ ਹੋਏ ਸਤਸੰਗੀ ਜਣੋ ਜੀ, ਫਤਿਹ ਦੀ ਸਾਂਝ ਬਖਸ਼ਿਸ਼ ਕਰੋ ਸਾਰੇ ਆਖੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਪਾਵਨ ਮੁੱਖ ਵਾਕ ਜੋ ਸਾਨੂੰ ਅੰਮ੍ਰਿਤ ਵੇਲੇ ਬਖਸ਼ਿਸ਼ ਹੋਇਆ, ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪਾਂ ਸਰਵਣ ਕੀਤਾ, ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਵਾਸਤੇ, ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ, ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰੀ ਹੋਰ ਸਾਰੇ ਕਿਰਪਾ ਕਰੋ, ਸਤਨਾਮ ਸ਼੍ਰੀ ਵਾਹਿਗੁਰੂ। ਆਓ ਭਾਈ ਸਾਹਿਬ ਜੀ ਦੀ ਰਸਨਾ ਤੋਂ ਅੱਜ ਵਾਲਾ ਪਾਵਨ ਸ਼ਬਦ ਸਰਵਣ ਕਰੀਏ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਘਰ ਸ਼ਿਵਾ ਅਸ਼ਟਪਦੀ। ਰਾਗ ਧਨਾਸਰੀ ਹੈ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਅੱਜ ਵਾਲਾ ਮੁੱਖ ਵਾਕ ਪਾਵਨ ਪਵਿੱਤਰ ਅੰਗ 686 ਤੋਂ ਆਰੰਭ ਹੋ ਕੇ 687 ਤੱਕ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ
ਇਸ ਨੂੰ ਛੇਵੇਂ ਘਰ ਵਿੱਚ ਗਾਉਣ ਦਾ ਸੰਕੇਤ ਦਿੱਤਾ ਹੈ। ਅਸ਼ਟਪਦੀ ਭਾਵ ਕਿ ਅੱਠ ਪਦਿਆਂ ਵਾਲਾ ਇਹ ਪਾਵਨ ਪਵਿੱਤਰ ਸ਼ਬਦ ਹੈ। ਪ੍ਰਸਾਦ ਉਹ ਪਰਮੇਸ਼ਰ ਇੱਕ ਹੈ, ਗੁਰੂ ਜੀ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ। ਸਾਧ ਸੰਗਤ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇੱਕ ਤੋਂ ਹੀ ਗੱਲ ਸ਼ੁਰੂ ਕੀਤੀ ਹੈ। ਜਿੰਨੇ ਲੋਕ ਪਰਮੇਸ਼ਰ ਨੂੰ ਭੁਲਾ ਕੇ ਅਬੇ ਤਬੇ ਦੀ ਚਾਕਰੀ ਕਰ ਰਹੇ ਸਨ, ਪੂਜਾ ਕਰ ਰਹੇ ਸਨ, ਕੋਈ ਚੰਦਰਮਾ ਦੀ, ਕੋਈ ਸੂਰਜ ਦੀ, ਕੋਈ ਧਰਤੀ ਦੀ, ਕੋਈ ਪਾਣੀ ਦੀ, ਕੋਈ ਅੱਗ ਦੀ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਉਹ ਪਰਮੇਸ਼ਰ ਇੱਕ ਹੈ, ਅਸੀਂ ਉਹਦੀ ਪੂਜਾ ਕਰਦੇ ਹਾਂ ਜੋ ਪਰਮੇਸ਼ਰ ਨੇ ਸਾਜਿਆ ਹੈ, ਬਣਾਇਆ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਬੜੀ ਸੌਖੀ ਬੋਲੀ ਵਿੱਚ, ਇਸ ਤਰ੍ਹਾਂ ਕਹਿ ਲਓ ਸਾਡੀ ਹੀ ਬੋਲੀ ਵਿੱਚ ਕਿਰਪਾ ਕਰਕੇ ਸਮਝਾਇਆ, ਧਰਤੀ ਦੀ ਪੂਜਾ ਨਾ ਕਰੋ, ਸੂਰਜ ਦੀ ਪੂਜਾ ਨਾ ਕਰੋ, ਪਾਣੀ ਦੀ, ਅੱਗ ਦੀ ਇਹ ਪੂਜਾ ਨਾ ਕਰੋ, ਉਹਦੀ ਪੂਜਾ ਕਰੋ ਜਿਹੜਾ ਧਰਤੀ ਬਣਾਉਣ ਵਾਲਾ ਹੈ, ਸੂਰਜ ਬਣਾਉਣ ਵਾਲਾ ਹੈ, ਸਮੁੰਦਰ, ਪਹਾੜ, ਪਾਣੀ, ਜੋ ਕੁਛ ਬਣਾਇਆ ਹੈ, ਬਣਾਉਣ ਵਾਲੇ ਦੀ ਪੂਜਾ ਕਰੋ, ਉਸ ਕਰਤਾ ਜੀ ਦੀ ਪੂਜਾ ਕਰੋ। ਪਰਮੇਸ਼ਰ ਨੂੰ ਉਹੀ ਮਿਲਦਾ ਜਿਹਦੇ 'ਤੇ ਗੁਰੂ ਦੀ ਕਿਰਪਾ ਹੋ ਜੇ, ਉਹ ਪਰਮੇਸ਼ਰ ਇੱਕ ਹੈ ਅਤੇ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ। ਜੋ ਜੋ ਜੂਨੀ ਆਇਓ ਤੇਹ ਤੇਹ ਉਰ ਜਾਇਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ, ਬਹੁਤ ਜੂਨੀਆਂ ਨੇ, 84 ਲੱਖ ਜੂਨਾਂ ਦਾ ਜ਼ਿਕਰ ਬਾਕੀ ਧਰਮ ਗ੍ਰੰਥਾਂ ਵਿੱਚ ਵੀ ਆਇਆ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 'ਚ ਬਹੁਤ ਵਾਰ ਜ਼ਿਕਰ ਆਇਆ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜੂਨੀਆਂ ਤਾਂ ਬਹੁਤ ਨੇ, ਜਿਸ ਜਿਸ ਜੂਨੀ ਵਿੱਚ ਕੋਈ ਜੀਵ ਆਇਆ ਹੈ, ਭਾਵੇਂ ਕਿਸੇ ਜਾਨਵਰ ਦੀ ਜੂਨ ਹੈ, ਪੰਛੀ ਦੀ ਜੂਨ ਹੈ, ਮਹਾਰਾਜ ਕਹਿੰਦੇ ਜਿਹੜੀ ਵੀ ਜੂਨ ਵਿੱਚ ਕੋਈ ਪੈਦਾ ਹੋਇਆ ਉਸ ਹੀ ਜੂਨ ਵਿੱਚ ਉਰਜਿਆ ਹੋਇਆ ਹੈ, ਭਾਵ ਕਿ ਉਹ ਮੋਹ ਵਿੱਚ ਫਸਿਆ ਹੋਇਆ। ਸਾਧ ਸੰਗਤ, ਆਕਾਸ਼ ਵਿੱਚ ਉੱਡਣ ਵਾਲੇ ਪੰਛੀ, ਜਦੋਂ ਸਿਆਣੇ ਵਿਦਵਾਨ ਪੁਰਸ਼ ਇਹ ਗੱਲ ਕਹਿੰਦੇ ਨੇ ਭਾਈ ਮਾਤਾ ਪਿਤਾ ਦੀ ਸੇਵਾ ਕਰੋ, ਵੱਡਿਆਂ ਦੀ ਸੇਵਾ ਕਰੋ। ਅੱਜ ਕੱਲ੍ਹ ਦਾ ਨੌਜਵਾਨ, ਸਾਰੇ ਨਹੀਂ ਪਰ ਬਹੁਤੇ, ਅੱਜ ਕੱਲ੍ਹ ਦਾ ਨੌਜਵਾਨ ਜੇ ਉਹਨੂੰ ਆਖੀਏ, ਪੁੱਤਰ ਮਾਂ ਦੇ ਬੜੇ ਆਸਾਨ ਹੁੰਦੇ ਨੇ, ਪਿਤਾ ਦੇ ਬੜੇ ਆਸਾਨ ਹੁੰਦੇ ਨੇ, ਇਹਨਾਂ ਨੇ ਬਹੁਤ ਔਖੇ ਹੋ ਕੇ ਗਰਮੀਆਂ, ਸਰਦੀਆਂ, ਭੁੱਖ ਪਿਆਸਾਂ ਸਹਿ ਸਹਿ ਕੇ ਆਪਣੇ ਪੁੱਤਰਾਂ ਧੀਆਂ ਨੂੰ ਪਾਲਿਆ ਹੁੰਦਾ। ਕਈ ਤਾਂ ਏਡੇ ਨਲਾਇਕ ਨੇ, ਉਹ ਕਹਿੰਦੇ ਵੀ ਸਾਡੇ 'ਤੇ ਆਸਾਨ ਕੀਤਾ ਕੋਈ, ਇਹਨਾਂ ਨੇ ਇਸ ਕਰਕੇ ਸਾਨੂੰ ਪਾਲਿਆ ਵੀ ਵੱਡੇ ਹੋਣਗੇ, ਬਸ ਇਹਨਾਂ ਦੀ ਕਮਾਈ ਖਾਵਾਂਗੇ, ਇਹਨਾਂ ਦੇ ਆਪਣੇ ਮਤਲਬ ਨੂੰ ਸਾਨੂੰ ਪਾਲਿਆ ਪੋਸ਼ਿਆ। ਸਾਧ ਸੰਗਤ, ਤੁਸੀਂ ਪੰਛੀਆਂ ਨੂੰ ਕਿਤੇ ਵੇਖੋ, ਪੰਛੀ ਕੋਈ ਆਪਣੇ ਬੱਚੇ ਦੀ ਕਮਾਈ ਨਹੀਂ ਖਾਂਦਾ। ਕਿਵੇਂ ਇੱਕ ਚਿੜੀ ਲਿਆ ਲਿਆ ਕੇ ਬਾਹਰੋਂ ਦਾਣਾ
ਆਪਣੇ ਬੱਚੇ ਦੇ ਬੋਟ ਦੇ ਮੂੰਹ ਵਿੱਚ ਪਾਉਂਦੀ ਹੈ। ਸਭ ਤੋਂ ਚੰਚਲ ਜਾਨਵਰ ਬਾਂਦਰ ਨੂੰ ਗਿਣਿਆ ਗਿਆ। ਬਾਂਦਰ ਨੂੰ, ਬਾਂਦਰੀ ਦਾ ਬੱਚਾ ਮਰ ਜਾਏ ਓਨੀ ਚਿਰ ਉਹਦੇ ਪਿੰਜਰ ਨੂੰ ਸੰਭਾਲ ਕੇ ਰੱਖਦੀ ਹੈ ਜਿੰਨਾ ਚਿਰ ਉਹਦੇ ਦੂਜਾ ਬੱਚਾ ਨਹੀਂ ਹੋ ਜਾਂਦਾ। ਕੀ ਕਮਾਈ ਖਾਣੀ ਹੈ ਬਾਂਦਰੀ ਨੇ ਜਾਂ ਬਾਂਦਰ ਨੇ? ਸਾਡੇ ਘਰਾਂ ਵਿੱਚ ਮੱਝਾਂ ਗਾਈਆਂ ਨੇ, ਉਹਨਾਂ ਦਾ ਜਵਾਕ ਕਿਤੇ ਆਸੇ ਪਾਸੇ ਕਰਕੇ ਵੇਖੋ। ਭਗਤ ਨਾਮਦੇਵ ਜੀ ਕਹਿੰਦੇ ਨੇ, ਜੈਸੇ ਗਾਏ ਕਾ ਬਾਦਸ਼ਾਹ ਛੂਟ ਲਾ, ਥਣ ਚੋਖ ਤਾਂ ਮੱਖਣ ਗੋਟ ਲਾ। ਉਹਨੂੰ ਕਿਤੇ ਦੂਰ ਲੈ ਕੇ ਜਾਓ ਕਿਤੇ। ਮਹਾਰਾਜ ਕਹਿੰਦੇ ਨੇ ਫਿਰ ਉਹਨੂੰ ਕਿਤੇ ਛੱਡ ਕੇ ਦੇਖੋ, ਵੇਖਿਓ ਵੀ ਗਾਂ ਕਿੰਨਾ ਮੋਹ ਕਰਦੀ ਹੈ ਅਤੇ ਵੱਛਾ ਕਿੰਨਾ ਮੋਹ ਕਰਦਾ। ਹਜ਼ੂਰ ਕਹਿੰਦੇ ਨੇ, ਗੁਰੂ ਅਰਜਨ ਦੇਵ ਮਹਾਰਾਜ, ਜਿਸ ਜਿਸ ਜੂਨੀ ਵਿੱਚ ਕੋਈ ਪੈਦਾ ਹੋਇਆ ਉਹ ਆਪਣੀ ਜੂਨੀ ਵਿੱਚ ਹੀ ਮੋਹ ਵਿੱਚ ਜਕੜਿਆ ਹੋਇਆ, ਮੋਹ ਵਿੱਚ ਲਪਟਿਆ ਹੋਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਹਾਂ ਇੱਕ ਜਨਮ ਹੈ ਜਿਹੜਾ ਪੰਛੀਆਂ ਤੋਂ, ਪਸ਼ੂਆਂ ਤੋਂ, ਜਾਨਵਰਾਂ ਤੋਂ ਵੀ ਉੱਪਰ ਹੈ। ਉਹ ਕਿਹੜਾ ਜਨਮ ਹੈ? ਭਾਈ ਸਾਹਿਬ ਜੀ ਕੋਲੋਂ ਸਰਵਣ ਕਰੀਏ। ਹਾਂ, ਮਾਨਸ ਜਨਮ ਸੰਜੋਗ ਪਾਇਆ। ਮਹਾਰਾਜ ਕਹਿੰਦੇ ਨੇ ਜੂਨਾਂ ਤੇ ਬਹੁਤ ਨੇ, ਪਰ ਇਹ ਜਿਹੜਾ ਮਾਨਸ ਜਨਮ ਹੈ ਇਹ ਬੜੇ ਸੰਜੋਗਾਂ ਦੇ ਨਾਲ, ਬੜੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ। ਸਾਧ ਸੰਗਤ, ਆਪ ਜੀ ਪੜ੍ਹੇ ਲਿਖੇ ਵੀਰ ਬੈਠੇ ਹੋ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, 10-10 ਕਰੋੜ ਰੁਪਈਆ ਘੋੜੇ ਦੀ ਕੀਮਤ ਪੈਂਦੀ, 50-50 ਕਰੋੜ ਰੁਪਈਆ ਕਿਸੇ ਜਾਨਵਰ ਦੀ ਕੀਮਤ ਪੈਂਦੀ। ਪੰਜਾਬ ਦੀ ਧਰਤੀ 'ਤੇ ਵੇਖ ਲਓ, 2-2 ਲੱਖ ਦੀ ਮੱਝ ਹੈ, ਬੜੇ ਬੜੇ ਕੀਮਤੀ। ਮੈਂ ਹੈਰਾਨ ਹੋਇਆ ਇੱਕ ਦਿਨ ਵੀ 10 ਲੱਖ ਦਾ ਕੁੱਤਾ ਵਿਕਿਆ। ਮੈਨੂੰ ਮਾਫ਼ ਕਰਨਾ, ਮੱਝ ਹੋਵੇ 5 ਲੱਖ ਦੀ, ਘੋੜਾ ਹੋਵੇ 50 ਕਰੋੜ ਦਾ। 50 ਕਰੋੜ ਦਾ ਘੋੜਾ ਨਾ ਸੰਗਤ ਵਿੱਚ ਆ ਸਕਦਾ, ਨਾ ਬੈਠ ਸਕਦਾ। ਜਿਹੜਾ ਕੁੱਤਾ 10 ਲੱਖ ਦਾ ਇੱਕ ਅਮੀਰ ਨੇ ਖਰੀਦਿਆ, ਉਹ ਸੰਗਤ ਵਿੱਚ ਆਏਗਾ? ਤੁਸੀਂ ਆਉਂਦੇ ਨਾ ਕਿਤੇ ਨੂੰ ਸੰਗਤ ਵਿੱਚ, ਉਹ ਲੰਘ ਸਕਦਾ ਕਿਤੇ ਦਰਵਾਜ਼ਾ ਇੱਥੋਂ ਦੇ? ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਇੱਕੋ ਹੀ ਜਨਮ ਹੈ ਜਿਹੜਾ ਸਾਨੂੰ ਭਾਗਾਂ ਦੇ ਨਾਲ ਪ੍ਰਾਪਤ ਹੋਇਆ, ਇਹਨੂੰ ਅਮੋਲਕ ਜਨਮ ਵੀ ਆਖਿਆ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, 1,84 ਜੂਨ ਸਬਾਈ, ਸਾਰੀਆਂ ਗਿਣਤੀ ਦੀਆਂ ਜੂਨਾਂ 84 ਲੱਖ ਨੇ। ਮਾਨਸ ਕੋ ਪ੍ਰਭ ਦੀ ਵਡਿਆਈ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸਾਧ ਸੰਗਤ, ਰੱਬ ਦੇ ਘਰ ਨੂੰ ਇੱਕ ਪੌੜੀ ਚੜ੍ਹਦੀ ਹੈ, ਉਸ ਪੌੜੀ ਦਾ ਡੰਡਾ ਹੈ 84 ਲੱਖ ਡੰਡਾ, ਉਹਦੇ ਵਿੱਚੋਂ 83,99,999 ਡੰਡੇ ਕੱਢ ਲਓ। ਜਿਹੜਾ ਸਭ ਤੋਂ ਉੱਪਰਲਾ ਡੰਡਾ ਹੈ ਉਹ ਮਾਨਸ ਜਨਮ ਦਾ ਡੰਡਾ। ਮਹਾਰਾਜ ਕਹਿੰਦੇ ਨੇ, ਇਸ ਆਖਰੀ ਡੰਡੇ ਤੱਕ ਪਹੁੰਚਦਿਆਂ ਸਾਨੂੰ ਕੋ 10 ਸਾਲ, 50 ਸਾਲ, 500 ਸਾਲ ਨਹੀਂ ਲੱਗਾ। ਫਿਰਤ ਫਿਰਤ ਬਹੁਤੇ ਯੁੱਗ ਹਾਰੇ ਉਹ ਮਾਨਸ ਦੇਹ ਲਏ। ਕਈ ਯੁੱਗ ਹੋ ਗਏ ਉਹਨਾਂ ਜੂਨਾਂ ਵਿੱਚ ਆਉਂਦੇ ਆਉਂਦੇ ਆ। ਜਿਸ ਡੰਡੇ 'ਤੇ ਤੂੰ ਖੜ੍ਹਾ ਹੈ,
ਮਹਾਰਾਜ ਕਹਿੰਦੇ ਜੇ ਤਾਂ ਕੋਈ ਇਸ ਡੰਡੇ ਤੋਂ ਉੱਪਰ ਚੜ੍ਹ ਜਾਏ, ਮੇਰੇ ਨਿਰੰਕਾਰ ਦਾ ਦੇਸ਼ ਹੈ। ਜੇ ਕੋਈ ਇਸ ਡੰਡੇ ਤੋਂ ਉੱਪਰ ਨਾ ਚੜ੍ਹ ਸਕੇ ਫਿਰ ਉਹ ਹੇਠਾਂ ਡਿੱਗ ਪੈਂਦਾ। ਇਸ ਪੌੜੀ 'ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏਂਦਾ। ਜਿਹਨੂੰ ਅਸੀਂ ਨਰਕ ਕਹਿੰਦੇ ਹਾਂ ਨਾ, ਨਰਕ 'ਚ ਪੈ ਜਾਣਾ, ਬਸ ਇਹ 84 ਲੱਖ ਜੂਨਾਂ ਦਾ ਨਰਕ ਅਸਾਸਨ ਜਿਹੜਾ ਕਈ ਯੁੱਗ ਬੰਦੇ ਨੂੰ ਭੁਗਤਣਾ ਪੈਂਦਾ। ਮਹਾਰਾਜ ਕਹਿੰਦੇ ਨੇ ਭਾਈ ਇਸ ਪੌੜੀ ਦੇ ਡੰਡੇ ਤੋਂ ਉੱਪਰ ਚੜ੍ਹ, ਕੋਸ਼ਿਸ਼ ਕਰ। ਅਗਲੇ ਬਾਣੇ ਨਿਰੰਕਾਰ ਦਾ ਦੇਸ਼ ਹੈ। ਗਰੀਬ ਅਨੁਵਾਦ, ਮਹਾਰਾਜ ਕਹਿੰਦੇ ਨੇ ਮਾਨਸ ਜਨਮ ਸੰਯੋਗ ਪਾਇਆ। ਭਾਈ ਬੜੇ ਵੱਡਿਆਂ ਪਾਗਾਂ ਨਾਲ ਇਹ ਮਾਨਸ ਜਨਮ ਪ੍ਰਾਪਤ ਹੋਇਆ। ਸਾਧ ਸੰਗਤ ਹੈ ਤੇ ਆ ਮਾਨਸ ਜਨਮ ਬੜਾ ਦੁਰਲਭ, ਮਾਨਸ ਜਨਮ ਦੁਲੰਭ ਹੈ ਤੇ ਆ ਬੜਾ ਦੁਰਲਭ। ਪਰ ਇੱਕ ਗੱਲ ਦਾ ਚੇਤਾ ਰੱਖਣਾ ਚਾਹੀਦਾ, ਛਿਣ ਭੰਗਰ ਛਲ ਦੇਹੀ ਸ਼ਾਰਾ। ਇੱਕ ਛਿਣ ਹੀ ਲੱਗਦਾ, ਅੱਖ ਦੇ ਚਮਕਣ ਜਿੰਨਾ ਸਮਾਂ ਲੱਗਦਾ ਇਹਨੂੰ ਸਵਾਹ ਬੰਨਦੇ, ਜਿੰਨੇ ਚਿਰ 'ਚ ਅੱਖ ਚਮਕਦੀ ਹੈ ਨਾ। ਭਾਈ ਗੁਰਦਾਸ ਕਹਿੰਦੇ ਨੇ ਸਿਰਫ ਇਸੇ ਗੱਲ ਨੂੰ ਨਾ ਲਈ ਜੋ ਬੜਾ ਦੁਰਲਭ ਹੈ, ਬੜਾ ਦੁਰਲਭ ਹੈ। ਭਾਈ ਦੁਰਲਭ ਤਾਂ ਹੈ, ਪਰ ਇਹ ਵੀ ਗੱਲ ਚੇਤੇ ਰੱਖੋ, ਛਿਣ ਭੰਗਰ ਛਲ ਦੇਹੀ ਸ਼ਾਰਾ, ਸਵਾਹ ਦੀ ਢੇਰੀ ਬਣ ਜਾਂਦੀ ਹੈ ਇੱਕ ਦਿਨ। ਪਾਣੀ ਦਾ ਕਰਕੂਤਰਾ ਉੱਡੇ ਨਾ ਪਾਉਣ ਖੁੱਲ੍ਹੇ ਨਾ ਦੁਆਰਾ। ਸਾਡੇ ਸਰੀਰ ਦੇ ਸਾਧ ਸੰਗਤ ਜਿਹੜੇ 9 ਦਰਵਾਜ਼ੇ ਖੁੱਲ੍ਹੇ ਨੇ, ਜਦੋਂ ਬੰਦਾ ਮਰਦਾ ਹੈ ਇਹਨਾਂ 9 ਦੁਆਰਿਆਂ ਦੇ ਵਿੱਚੋਂ ਇੱਕ ਦੁਆਰੇ ਥਾਈਂ ਬੰਦੇ ਦੀ ਆਤਮਾ ਭਾਵ ਕੇ ਪ੍ਰਾਣ ਨਿਕਲਦੇ ਨੇ। ਭਾਈ ਗੁਰਦਾਸ ਕਹਿੰਦੇ ਸਾਨੂੰ ਅਜੇ ਵੀ ਸਮਝ ਨਹੀਂ ਆਉਂਦੀ, 9 ਦੇ 9 ਦੁਆਰੇ ਖੁੱਲ੍ਹੇ ਰਹਿੰਦੇ ਸਾਰੀ ਜ਼ਿੰਦਗੀ। ਪਾਣੀ ਦਾ ਕਰਕੂਤਰਾ ਉੱਡੇ ਨਾ ਪਾਉਣ ਖੁੱਲ੍ਹੇ 9 ਦੁਆਰੇ। ਜਦੋਂ ਬੰਦਾ ਮਰਦਾ ਇੱਕ ਦੁਆਰੇ ਥਾਈਂ ਇਹਦੀ ਜਾਨ ਨਿਕਲਦੀ, ਸਾਰੀ ਜ਼ਿੰਦਗੀ 9 ਦੁਆਰੇ ਖੁੱਲ੍ਹੇ ਰਹਿੰਦੇ ਨੇ, ਪਰ ਇਹਨਾਂ ਸਵਾਸਾਂ ਦੀ ਹਿੰਮਤ ਨਹੀਂ ਵੀ ਕਿਸੇ ਦਰਵਾਜ਼ੇ ਥਾਈਂ ਬਾਹਰ ਨਿਕਲ ਜਾਣ। ਇਹ ਉਦੋਂ ਹੀ ਕਿਸੇ ਦਰਵਾਜ਼ੇ ਥਾਈਂ ਬਾਹਰ ਨਿਕਲਦੇ ਨੇ ਜਦੋਂ ਪਰਮੇਸ਼ਰ ਦਾ ਹੁਕਮ ਹੋ ਜਾਏ। ਭਾਈ ਸਾਹਿਬ ਕਹਿੰਦੇ ਨੇ ਅਗਨ ਕੁੰਡ ਵਿੱਚ ਰੱਖਿਓਣ ਨਰਕ ਘੋਰ ਮੈਂ ਉਧਰ ਮਜ਼ਾਰਾ। ਇਹ ਬੜੇ ਨਰਕ ਵਿੱਚ ਰਿਹਾ ਮਾਤਾ ਦੇ ਉਦਰ ਵਿੱਚ। ਮਹਾਰਾਜ ਕਹਿੰਦੇ ਉਹ ਅਗਨੀ ਦਾ ਕੁੰਡ ਸੀ। ਕਰੇ ਉਰਦ ਤਪ ਗਰਭ ਵਿੱਚ ਚਸਨ ਵਿਛੜੈ ਸਿਰ ਜਨਹਾਰ। ਪੁੱਠਾ ਲਟਕ ਕੇ ਭਗਤੀ ਕਰਦਾ ਸੀ ਮਹਾਰਾਜ ਕਹਿੰਦੇ। ਇਹਨੂੰ ਇੱਕ ਪਲ ਵਾਸਤੇ ਵੀ ਰੱਬ ਨਹੀਂ ਸੀ ਭੁੱਲਦਾ। ਭਾਈ ਸਾਹਿਬ ਕਹਿੰਦੇ ਨੇ ਦਸੇ ਮਹੀਨੇ ਜੰਮਿਆ ਸਿਮਰਨ ਕਰੇ ਕਰੀ ਨਿਸਤਾਰਾ। 10 ਮਹੀਨਿਆਂ ਦੇ ਤਕਰੀਬਨ ਇਹਦਾ ਜਨਮ ਹੋ ਗਿਆ। ਇਹਨੂੰ ਰੱਬ ਨਹੀਂ ਸੀ ਭੁੱਲਦਾ ਜਦੋਂ ਜਨਮ ਇਹਦਾ ਨਹੀਂ ਹੋਇਆ। ਜਮ ਦੋ ਮਾਇਆ ਮੋਇਆ ਨਦਰਨ ਆਵੈ ਰੱਖਣ ਹਾਰਾ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜਦੋਂ ਇਹਦਾ ਜਨਮ ਹੋਇਆ ਜਮ ਦਾ ਸਾਰੀ ਮਾਇਆ ਦੇ ਮੋਹ ਵਿੱਚ ਫਸ ਗਿਆ। ਇੱਧਰੋਂ ਆਵਾਜ਼ ਆਈ, ਇੱਧਰੋਂ ਆਵਾਜ਼ ਆਈ। ਜਦੋਂ ਕੰਨਾਂ ਵਿੱਚ ਆਵਾਜ਼ਾਂ ਪੈਣੀਆਂ ਸ਼ੁਰੂ ਹੋ ਗਈਆਂ, ਸਮਝ ਲਓ ਵੀ ਮਾਇਆ ਦੇ ਮੋਹ ਵਿੱਚ ਫਸਣ ਲੱਗ ਪਿਆ।
ਜਮਦੂ ਮਾਇਆ ਬੋਇਆ ਨਦਰ ਨ ਆਵੈ ਰੱਖਣ ਹਾਰਾ। ਜਿਹੜਾ 9 ਮਹੀਨੇ ਅਰਦਾਸਾਂ ਕਰਦਾ ਰਿਹਾ, ਰੱਖ ਲਓ ਬਚਾ ਲਓ, ਜਦੋਂ ਇਹਦਾ ਜਨਮ ਹੋ ਗਿਆ ਉਹ ਤਾਂ ਭੁੱਲ ਹੀ ਗਿਆ ਫਿਰ ਜਿੰਨੇ ਦੀ ਰੱਖਿਆ ਕੀਤੀ ਸੀ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਉਹ ਵੱਡਾ ਸ਼ਾਹ ਹੈ, ਉਹਨੇ ਕੱਲਿਆ ਸੀ ਕੋ ਵਣਜ ਕਰਨ ਵਾਸਤੇ, ਪਰ ਇਹ ਵਣਜਾਰਾ ਜੀਵ ਵਣਜਾਰਾ ਇਸ ਕਰਕੇ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਇਹਨਾਂ ਦੀ ਪੱਕੀ ਦੁਕਾਨ ਨਹੀਂ ਸੀ ਹੁੰਦੀ ਵਣਜਾਰਿਆਂ ਦੀ, ਤੁਰ ਫਿਰ ਕੇ ਸੌਦਾ ਵੇਚਦੇ ਸੀ। ਜਿੱਥੇ ਰਾਤ ਪੈਂਦੀ ਉਸ ਰਾਤ ਉਸ ਪਿੰਡ ਵਿੱਚ ਰਹਿ ਜਾਂਦੇ, ਅਗਲੇ ਦਿਨ ਅਗਲੇ ਪਿੰਡ ਤੁਰ ਜਾਂਦੇ। ਇਸ ਜੀਵ ਨੇ ਵੀ ਇਸ ਸੰਸਾਰ 'ਚ ਸਦਾ ਨਹੀਂ ਰਹਿਣਾ, ਇਹਨੂੰ ਵਣਜਾਰਾ ਕਿਹਾ ਗੁਰੂ ਸਾਹਿਬ ਨੇ। ਮਹਾਰਾਜ ਕਹਿੰਦੇ ਨੇ ਜਿਹੜਾ ਵੱਡਾ ਸ਼ਾਹ ਸੀ ਨਾ, ਇਹ ਵਣਜਾਰਾ ਵਣਜ ਕਰਨ ਆਇਆ, ਬਸ ਆਉਂਦਿਆਂ ਸਾਰ ਹੀ ਮੋਹ ਵਿੱਚ ਫਸ ਗਿਆ। ਸਾਰੀ ਸੰਗਤ ਕਿਰਪਾ ਕਰਿਓ, ਅੱਧੀ ਪੰਕਤੀ ਹੈ। ਵਿਛੜਿਆ ਵਣਜਾਰਾ ਸ਼ਾਹੋਂ, ਵਿਛੜਿਆ ਵਣਜਾਰਾ, ਵਿਛੜਿਆ ਵਣਜਾਰਾ ਸ਼ਾਹੋਂ, ਵਿਛੜਿਆ ਵਣਜਾਰਾ, ਵਿਛੜਿਆ ਵਣ ਮਹਾਰਾਜ ਕਹਿੰਦੇ ਨੇ ਇਹ ਵਣਜਾਰਾ ਭੁੱਲ ਹੀ ਗਿਆ ਵੀ ਮੈਨੂੰ ਕਿੰਨੇ ਭੇਜਿਆ, ਕਿਹੜੇ ਵੱਡੇ ਸ਼ਾਹ ਨੇ ਭੇਜਿਆ। ਗਰੀਬ ਨੂੰ ਅੱਜ ਮਹਾਰਾਜ ਕਹਿੰਦੇ ਨੇ ਇਹ ਮਾਨਸ ਜਨਮ ਬੜੇ ਵੱਡਿਆਂ ਭਾਗਾਂ ਨਾਲ ਮਿਲਿਆ। ਸਾਧ ਸੰਗਤ ਭਗਤ ਰਵਿਦਾਸ ਪਤਾ ਕੀ ਕਿਰਪਾ ਕਰਦੇ, ਮਾਨਸ ਜਨਮ ਦੁਲੰਭ ਹੈ ਭਈ, ਹੈ ਤੇ ਆ ਬਰਲਾ ਦੁਰਲਭ, ਮਾਨਸ ਜਨਮ ਦੁਲੰਭ, ਕਿਤੇ ਆਇਆ ਗੁਰਮੁਖ ਪਾਇਆ। ਰਾਜੇ ਇੰਦਰ ਸੰਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਹਿ ਲਿਖਿਆ। ਤੈਨੂੰ ਨਹੀਂ ਪਤਾ ਵਾਹਿਗੁਰੂ ਦੀ ਭਗਤੀ ਨਾ ਕੀਤੀ, ਕੀ ਮੁੱਲ ਹੈ ਇਸ ਜਾਂ ਮਾਨਸ ਜਨਮ ਦਾ, ਕਾਹਦਾ ਹੈ ਇਹ ਦੁਰਲੱਭ। ਦੁਰਲੱਭ ਤੇ ਤਾਂ ਹੀ ਹੈ ਜੇ ਇਸ ਸਰੀਰ ਨੂੰ ਤੂੰ ਪਰਮੇਸ਼ਰ ਦੇ ਰਸਤੇ 'ਤੇ ਲਾਏ, ਗੁਰੂ ਵਾਲੇ ਪਾਸੇ ਲਾਏ, ਫਿਰ ਤੇ ਇਹ ਦੁਰਲੱਭ ਹੈ। ਅਤੇ ਮਹਾਰਾਜ ਕਹਿੰਦੇ ਨੇ ਭਾਈ ਇਹ ਬੜਾ ਦੁਰਲੱਭ ਹੈ, ਇਹਦਾ ਕੋਈ ਇਸ ਦੁਨੀਆਂ ਵਿੱਚ ਆਉਣ ਦਾ ਮਕਸਦ ਹੈ? ਹਾਂਜੀ। ਤਾਂ ਕੀ ਹੈ ਓਟ ਸਾਧ, ਰੱਖੋ ਦੇ ਕਰ ਹਾਥ। ਮਾਨਸ ਜਨਮ ਵਿੱਚ ਬੜੀ ਤਿਲਕਣਬਾਜ਼ੀ ਵੀ ਹੈ, ਇੱਥੇ 5 ਵਿਕਾਰ ਹਨ ਜਿਹੜੇ ਬੰਦੇ ਨੂੰ ਰੱਬ ਨਾਲ ਤੋੜ ਦਿੰਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ, ਹੇ ਮੇਰੇ ਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਮੈਨੂੰ ਹੱਥ ਦੇ ਕੇ ਰੱਖ ਲਓ, ਕਿਰਪਾ ਕਰੋ ਮੇਰੀ ਹੱਥ ਦੇ ਕੇ ਰੱਖਿਆ ਕਰੋ। ਸਤਸੰਗ ਜਦੋਂ ਸਿੱਖ ਅੰਮ੍ਰਿਤ ਵੇਲੇ ਨਿਤਨੇਮ ਕਰਦਾ 5 ਬਾਣੀਆਂ ਦਾ, ਉਹਨਾਂ ਵਿੱਚੋਂ ਚੌਪਈ ਸਾਹਿਬ ਜੀ ਦੀ ਬਾਣੀ ਹੈ, ਜਿਹੜੀਆਂ 5 ਬਾਣੀਆਂ ਅੰਮ੍ਰਿਤ ਛਕਾਉਣ ਵੇਲੇ 5 ਪਿਆਰੇ ਸਹਿਬਾਨ ਪੜ੍ਹਦੇ ਨੇ। ਉਹਨਾਂ ਬਾਣੀਆਂ 'ਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ 3 ਬਾਣੀਆਂ, ਚੌਪਾਈ ਸਾਹਿਬ ਜੀ ਦੀ ਬਾਣੀ ਸਵੇਰ ਦੇ ਨਿਤਨੇਮ ਵਿੱਚ ਵੀ ਆਉਂਦੀ ਹੈ ਅਤੇ ਸੋਦਰ ਦੇ ਪਾਠ ਵਿੱਚ ਵੀ ਆਉਂਦੀ। ਜਿਹੜੇ ਸਿੱਖ ਨਿਤਨੇਮ ਕਰਦੇ ਨੇ ਉਹ ਰੋਜ਼ ਪੜ੍ਹਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਰਦਾਸ ਕਰਨ ਦੀ ਜਾ ਸਿਖਾਈ, ਹਮਰੀ ਕਰੋ ਹੱਥ ਦਾ ਰੱਖਾ, ਹੇ ਵਾਹਿਗੁਰੂ ਸਾਡੀ ਹੱਥ ਦੇ ਕੇ ਰੱਖਿਆ ਕਰੋ, ਹਮਰੀ ਕਰੋ ਹੱਥ ਦਾ ਰੱਖਾ, ਪੂਰਨ ਹੋਏ ਚਿੱਤ ਕੀ ਇੱਛਾ, ਮੇਰੀ ਹੱਥ ਦੇ ਕੇ ਰੱਖਿਆ ਕਰੋ। ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਇੱਕ ਬੇਨਤੀ ਕਰਨੀ ਚਾਹੁੰਦਾ ਸਾਧ ਸੰਗਤ,
ਇੱਕ ਨਹੀਂ ਹਜ਼ਾਰਾਂ ਏਜੰਸੀਆਂ ਜਿਹੜੀਆਂ ਨੇ ਉਹ ਸਾਡੇ ਦੁਆਲੇ ਘੁੰਮ ਰਹੀਆਂ ਨੇ। ਸਾਨੂੰ ਨਿਸ਼ਚਿੰਤ ਹੋ ਕੇ ਨਹੀਂ ਸੌਣਾ ਚਾਹੀਦਾ, ਫਿਕਰ ਤਾਂ ਨਹੀਂ ਕਰਨਾ ਚਾਹੀਦਾ। ਪੰਥ ਗੁਰੂ ਕਾ ਹੈ, ਪੰਥ ਅਕਾਲ ਪੁਰਖ ਕਾ ਹੈ, ਇਹ ਵਧਿਆ ਹੈ, ਵੱਧ ਰਿਹਾ ਅਤੇ ਵਧੇਗਾ। ਪਰ ਅਸੀਂ ਸਾਰੇ ਚੌਂਕੀਦਾਰ ਹਾਂ, ਅਸੀਂ ਸਾਰੇ ਪਹਿਰੇਦਾਰ ਹਾਂ। ਜਿਹੜੇ ਬੇਫਿਕਰ ਹੋ ਕੇ ਸੌਂ ਜਾਂਦੇ ਨੇ ਉਹਨਾਂ ਦੇ ਘਰ ਲੁੱਟੇ ਜਾਂਦੇ ਨੇ। ਮੈਨੂੰ ਖਿਮਾ ਕਰਨੀ, ਅੱਜ ਬਹੁਤ ਸਾਰੀਆਂ ਏਜੰਸੀਆਂ ਤੁਹਾਡੇ ਕੋਲੋਂ ਚੌਪਈ ਸਾਹਿਬ, ਜਾਪ ਸਾਹਿਬ, ਸਵਈਆਂ ਦੀ ਬਾਣੀ, ਬਾਕੀ ਗੱਲਾਂ ਛੱਡੋ ਤੁਸੀਂ, ਜਿਹੜੀਆਂ ਪੰਜ ਬਾਣੀਆਂ ਅੰਮ੍ਰਿਤ ਛਕਾਉਣ ਵਾਲੀਆਂ ਨੇ ਉਹ ਵੀ ਖੋਣਾ ਚਾਹੁੰਦੇ ਨੇ, ਸਾਡੇ ਵਿੱਚ ਦੁਬਧਾ ਪਾਉਣੀ ਚਾਹੁੰਦੇ ਨੇ। ਤਗੜੇ ਹੋਵੋ, ਇੱਕ ਹੋਵੋ ਔਰ ਆਪਣਾ ਵਿਰਸਾ ਬਚਾਈਏ। ਖਾਲਸਾ ਪੰਥ ਦਾ ਜਿਹੜਾ ਮਹੱਲ ਉਸਰਿਆ, ਖਾਲਸਾ ਪੰਥ ਸਾਜਿਆ ਸ਼੍ਰੀ ਅਨੰਦਪੁਰ ਸਾਹਿਬ, ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਸਾਧ ਸੰਗਤ ਬੜੀ ਕੋਸ਼ਿਸ਼ ਕੀਤੀ ਖਾਲਸਾ ਪੰਥ ਦਾ ਮਹੱਲ ਡੇਗਣ ਦੀ, ਅਜੇ ਤੱਕ ਜਿਹੜਾ ਵੀ ਜ਼ਾਲਮ ਆਇਆ ਉਹਨਾਂ ਨੂੰ ਪਤਾ ਵੀ ਇਹ ਜ਼ੁਲਮ ਕੀਤਿਆਂ ਮਹੱਲ ਨਹੀਂ ਡਿੱਗਣਾ, ਇਹ ਤੇ ਉਹ ਲੋਕ ਨੇ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਸੀ ਦੂਣੇ ਚੌਣੇ। ਉਹਨਾਂ ਦੇ ਤਰੀਕੇ ਬਦਲ ਗਏ ਨੇ, ਉਹ ਸਾਡੇ ਖਾਲਸਾ ਪੰਥ ਦੇ ਮਹੱਲ ਦੀਆਂ ਨੀਹਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ। ਖਾਲਸਾ ਪੰਥ ਖੜਾ ਹੈ, ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ, ਬਸ ਇਹ ਮਹੱਲ ਦੀ ਨੀਂਹ ਹੈ, ਇਹਨੂੰ ਬਚਾਉਣ ਦੀ ਲੋੜ ਹੈ ਅਤੇ ਪਹਿਰਾ ਦੇਣ ਦੀ ਲੋੜ ਹੈ। ਕਈ ਲੋਕ ਸ਼ਰਿਆਂ ਮੂੰਹ ਖੋਲਣ ਲੱਗ ਪਏ ਨੇ ਸਾਧ ਸੰਗਤ। ਚਲੋ ਖੈਰ, ਜਿਹੜੀ ਦਾਸ ਬੇਨਤੀ ਕਰਨੀ ਚਾਹੁੰਦਾ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਹੇ ਮੇਰੇ ਪ੍ਰਭੂ, ਮੇਰੀ ਹੱਥ ਦੇ ਕੇ ਰੱਖਿਆ ਕਰੋ, ਮੈਂ ਹੁਣ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਕਰ ਕਿਰਪਾ ਮਿਲੋ ਹਰ ਰਾਇਆ, ਹੇ ਗੁਰੂ ਜੀ ਕਿਰਪਾ ਕਰੋ, ਕਿਰਪਾ ਕਰਕੇ ਮੈਨੂੰ ਰੱਬ ਨਾਲ ਮਿਲਾ ਦਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਤੇ ਬਾਰਾਂ ਮਹਾਂ ਦੀ ਬਾਣੀ 'ਚ ਕਹਿੰਦੇ ਨੇ ਭੇ, ਹੇ ਮੇਰੇ ਰੱਬ ਜੀ, ਜਿਹੜਾ ਮੇਰਾ ਅਤੇ ਤੁਹਾਡਾ ਵਿਛੋੜਾ ਪਿਆ ਹੋਇਆ ਉਹ ਤੁਹਾਡੇ ਕਰਕੇ ਨਹੀਂ ਪਿਆ, ਮੇਰੇ ਆਪਣੇ ਕਰਮਾਂ ਕਰਕੇ ਤੇਰੇ ਨਾਲ ਵਿਛੋੜਾ ਪੈ ਗਿਆ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਸ਼ੇਖ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਵੀ ਹੇ ਮੇਰੇ ਅੱਲਾ, ਜਿਹੜਾ ਤੂੰ ਮੇਰੇ ਨਾਲ ਰੁੱਸ ਪਿਆ ਹੈ, ਮੇਰੇ ਨਾਲ ਤੂੰ ਗੱਲਬਾਤ ਨਹੀਂ ਕਰਦਾ, ਹੇ ਮੇਰੇ ਅੱਲਾ, ਇਹ ਮੇਰਾ ਗੁਨਾਹ ਹੈ, ਇਹ ਮੇਰਾ ਦੋਸ਼ ਹੈ। ਤੈਂ ਸ਼ੈ ਮਨ ਮੈਂ ਕੀਆ ਰੋਸ, ਮੁਝ ਅਵਗੁਣ ਸੈ ਨਾਹੀ ਦੋਸ਼। ਤੇਰੇ ਵਿੱਚ ਤਾਂ ਕੋਈ ਦੋਸ਼ ਨਹੀਂ, ਮੇਰੇ ਕਰਕੇ ਤੇਰੇ ਨਾਲ ਵਿਛੋੜਾ ਪਿਆ। ਭਗਤ ਰਵਿਦਾਸ ਕਹਿੰਦੇ ਨੇ, ਬਹੁਤ ਜਨਮ ਵਿਛੜੇ ਤੇ ਮਾਦੋ, ਇਹ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ ਆਸ ਲਗ ਜੀਵਾਂ, ਚਿਰ ਪਇਓ ਦਰਸ਼ਨ ਦੇਖੇ। ਮਹਾਰਾਜ ਬਹੁਤ ਚਿਰ ਹੋ ਗਿਆ ਦਰਸ਼ਨ ਕੀਤਿਆਂ ਨੂੰ, ਆ ਜਨਮ ਆਪਣੇ ਲੇਖੀ ਵਿੱਚ ਪਾ ਲਓ, ਮੈਨੂੰ ਆਪਣੇ ਨਾਲ ਮਿਲਾ ਲਓ। ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਨੇ, ਹੇ ਪ੍ਰਭੂ ਕਿਰਪਾ ਕਰੋ, ਸਾਨੂੰ ਆਪਣੇ ਨਾਲ ਮਿਲਾ ਲਓ। ਹਾਂਜੀ, ਅਨਕ ਜਨਮ ਭ੍ਰਮ ਥਿਤ ਨਹੀਂ ਪਾਈ। ਇਹ ਬੰਦਾ ਅਨੇਕਾਂ ਜੂਨਾਂ ਵਿੱਚੋਂ ਭਟਕਦਾ ਭਟਕਦਾ ਆਇਆ ਹੈ, ਪਰ ਇਹਨੂੰ ਕਿਤੇ ਟਿਕਾਣਾ ਨਹੀਂ ਮਿਲਿਆ, ਇਹਨੂੰ ਕਿਤੇ ਠਹਿਰਨਾ ਨਹੀਂ ਮਿਲਿਆ, ਇਹਦੇ ਜਨਮਾਂ ਮਰਨ ਦੀ ਜਿਹੜੀ ਭਟਕਣਾ ਨਹੀਂ ਮੁੱਕੀ।
ਭਗਤ ਧੰਨਾ ਜੀ ਦਾ ਸ਼ਬਦ ਆ ਸਾਧ ਸੰਗਤ, ਭਰਮਤ ਫਿਰਤ ਬਹੁ ਜਨਮ ਬਲਾਨੇ। ਸਾਧ ਸੰਗਤ, ਮੈਂ ਨਹੀਂ ਕਿਤੇ ਪੜ੍ਹਿਆ ਵੀ ਭਗਤ ਧੰਨਾ ਜੀ ਕਿਹੜੇ ਸਕੂਲ 'ਚੋਂ ਪੜ੍ਹੇ, ਕਿਸ ਵਿਦਿਆਲੇ 'ਚੋਂ ਪੜ੍ਹੇ, ਕਿਸ ਯੂਨੀਵਰਸਿਟੀ 'ਚੋਂ ਪੜ੍ਹੇ। ਭਗਤ ਕਬੀਰ ਸਾਹਿਬ ਬਾਰੇ ਵੀ ਅਸੀਂ ਨਹੀਂ ਪੜ੍ਹਿਆ। ਜਿੰਨੇ ਭਗਤ ਹਨ ਸਾਧ ਸੰਗਤ, ਗੁਰੂ ਸਾਹਿਬ ਜਿਹੜੇ ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਰੱਬੀ ਗਿਆਨ ਹੈ ਔਰ ਰੱਬੀ ਕਲਾਮ ਹੈ ਜਿਹੜੀ ਉਹਨਾਂ ਨੇ ਉਚਾਰਨ ਕੀਤੀ। ਭਗਤ ਧੰਨਾ ਜੀ ਕਹਿੰਦੇ ਨੇ ਭਰਮਤ ਫਿਰਤ ਬਹੁ ਜਨਮ ਬਲਾਨੇ, ਭਟਕਦਿਆਂ ਭਟਕਦਿਆਂ ਕਈ ਜਨਮ ਲੱਗ ਗਏ, ਤਨ ਮਨ ਧਨ ਨਹੀਂ ਤੀਰੇ, ਸਰੀਰ ਨਾਸ ਹੋ ਜਾਂਦਾ, ਮਨ ਸਾਡਾ ਟਿਕਦਾ ਨਹੀਂ। ਜਿਸ ਧਨ ਦੌਲਤ ਬਾਰੇ ਜ਼ਿੰਦਗੀ ਬਤੀਤ ਕੀਤੀ ਸੀ, ਧਨ ਵੀ ਨਹੀਂ ਰਹਿੰਦਾ। ਭਰਮਤ ਫਿਰਦ ਬੋ ਜਨਮ ਬਲਾਨੇ, ਤਨ ਮਨ ਧਨ ਨਹੀਂ ਤੀਰੇ, ਲਾਲਚ ਬਿਖ ਕਾਮ ਲੁਭਤ ਰਾਤਾ। ਇਹ ਬੰਦਾ ਲਾਲਚ ਵਿੱਚ ਫਸ ਕੇ ਪਦਾਰਥਾਂ ਵਿੱਚ ਫਸਿਆ ਰਹਿੰਦਾ, ਕਾਮ ਵਾਸ਼ਨਾ ਵਿੱਚ ਰੱਤਾ ਰਹਿੰਦਾ। ਨਤੀਜਾ ਕੀ ਨਿਕਲਿਆ? ਮਨ ਵਿਸਰੇ ਪ੍ਰਭ ਹੀਰੇ, ਇਸ ਮਨ ਨੂੰ ਹੀਰੇ ਵਰਗਾ ਰੱਬ ਵਿਸਰ ਗਿਆ। ਭਗਤ ਜੀ ਕਹਿੰਦੇ ਨੇ ਬਿਖ ਮਾਲ ਮੀਠ ਲੱਗੇ ਮਨ ਬੋਰੇ, ਓਏ ਕਮਲੇ ਕਮਲਿਆ ਜਿਹੜੇ ਫਲ ਤੈਨੂੰ ਮਿੱਠੇ ਲੱਗਦੇ ਨੇ, ਉੱਪਰ ਮਿੱਠਾ ਹੈ ਵਿੱਚ ਜ਼ਹਿਰ ਹੈ, ਚਾਰ ਵਿਚਾਰ ਨਾ ਜਾਣੇ ਆ, ਤੈਨੂੰ ਤੇ ਪਤਾ ਹੀ ਕੋਈ ਨਹੀਂ ਕੀ ਕਰਨਾ ਕੀ ਨਹੀਂ ਕਰਨਾ, ਕੀ ਚੰਗਾ ਕੀ ਮੰਦਾ, ਕੀ ਪਾਪ ਕੀ ਪੁੰਨ। ਗੁਣ ਤੇ ਪ੍ਰੀਤ ਵੱਡੀ ਅਣਪਣ ਤੇ, ਗੁਣਾਂ ਵੱਲੋਂ ਤੇਰੀ ਪ੍ਰੀਤ ਘੱਟ ਰਹੀ ਹੈ, ਹੋਰ ਪਾਸੇ ਤੇਰੀ ਪ੍ਰੀਤ ਵੱਧ ਰਹੀ ਹੈ। ਯਾਦ ਰੱਖੀ ਜਿਸ ਰਸਤੇ ਤੇ ਤੁਰਿਆ ਹੋਇਆ, ਜਨਮ ਮਰਨ ਫਿਰ ਤਾਨਿਆ, ਤੇਰੇ ਜਨਮ ਅਤੇ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ। ਰੱਬ ਨੂੰ ਭੁਲਾ ਕੇ ਜਿਨ੍ਹਾਂ ਵਿੱਚ ਤੂੰ ਮਸਤ ਹੈ, ਇਹ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ ਨੇ, ਬਹੁਤ ਜਨਮ ਅਸੀਂ ਭਟਕਦੇ ਰਹੇ ਪਰ ਕਿਤੇ ਟਿਕਾਣਾ ਨਹੀਂ ਮਿਲਿਆ। ਹਾਂਜੀ, ਕਰੋ ਸੇਵਾ ਗੁਰ ਲਾਗੋ ਚਰਨ। ਮਹਾਰਾਜ ਕਹਿੰਦੇ ਨੇ ਕਿਰਪਾ ਕਰੋ, ਮੈਂ ਤੇਰੀ ਸ਼ਰਨ ਵਿੱਚ ਆਇਆ, ਮੈਂ ਗੁਰੂ ਦੀ ਚਰਨੀ ਲੱਗ ਕੇ ਰਹਾਂਗਾ। ਹੇ ਮੇਰੇ ਗੋਬਿੰਦ ਜੀ, ਮੈਂ ਤੁਹਾਡੀ ਚਰਨ ਸ਼ਰਨ ਵਿੱਚ ਰਹਾਂਗਾ। ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਗੁਰੂ ਜੀ, ਮੈਂ ਤੁਹਾਡੀ ਸੇਵਾ 'ਚ ਲੱਗਾ ਰਹਾਂਗਾ, ਮੈਨੂੰ ਮਾਰਗ ਦੱਸੋ ਜਿਹੜਾ ਰੱਬ ਦੇ ਘਰ ਨੂੰ ਜਾਂਦਾ ਹੈ, ਉਹ ਮੈਨੂੰ ਮਾਰਗ ਦੱਸੋ। ਰਹਾਓ ਅਨਕ ਉਪਾਵ ਕਰੋ, ਮਾਇਆ ਕਉ ਬਚਿਤ ਧਰੋ। ਮਹਾਰਾਜ ਕਹਿੰਦੇ ਨੇ ਮੈਂ ਮਾਇਆ ਵਾਸਤੇ ਬੜੇ ਉਦਮ ਕਰਦਾ, ਦਿਨ ਰਾਤ ਦਿਨ ਰਾਤ ਮਾਇਆ ਵਾਸਤੇ ਉਦਮ ਕਰਦਾ, ਪਰ ਜਿਹੜਾ ਮੇਰਾ ਮਨ ਹੈ ਹਰ ਵੇਲੇ ਮਾਇਆ ਵਿੱਚ ਹੀ ਮਸਤ ਰਹਿੰਦਾ। ਖਿਮਾ ਕਰਨੀ ਸਾਧ ਸੰਗਤ, ਇਹ ਸਾਨੂੰ ਸਮਝਾਉਣ ਵਾਸਤੇ ਗੁਰੂ ਜੀ ਨੇ ਗੱਲ ਆਪਣੇ ਤੇ ਲੈ ਲਈ। ਹਰ ਵੇਲੇ ਮਾਇਆ ਵਿੱਚ ਹੀ ਮੈਂ ਫਸਿਆ ਰਹਿੰਦਾ, ਮਾਇਆ ਦੀਆਂ ਗੱਲਾਂ ਕਰਦਾ, ਮੇਰਾ ਚਿੱਤ ਹਰ ਵੇਲੇ ਮਾਇਆ ਵਿੱਚ ਹੀ ਗਲਤਾਨ ਰਹਿੰਦਾ। ਇੱਕ ਸ਼ਬਦ ਹੈ ਭਗਤ ਰਵਿਦਾਸ ਜੀ ਦਾ, ਬੜੀ ਸੋਹਣੀ ਫੋਟੋ ਖਿੱਚੀ ਉਹਨਾਂ ਨੇ ਸਾਡੇ, ਮਾਟੀ ਦਾ ਪੁੱਤਰਾ ਕੈਸੇ ਨੱਚਦਾ, ਵੇਖੋ ਮਿੱਟੀ ਦਾ ਪੁਤਲਾ ਕਿਵੇਂ ਨੱਚਦਾ ਫਿਰਦਾ, ਦੇਖਿਆ ਦੇਖਿਆ ਸੁਣਿਆ ਬੋਲਿਆ ਦੌਰਿਓ ਫਿਰਦ ਹੈ, ਜਿੱਧਰ ਵੀ ਵੇਖਦਾ ਬਸ ਮਾਇਆ ਹੀ ਵੇਖਦਾ, ਜੋ ਸੁਣਦਾ ਮਾਇਆ ਦੀਆਂ ਗੱਲਾਂ ਸੁਣਦਾ, ਦੌੜਿਆ ਫਿਰਦਾ।
ਜਬ ਕੁਛ ਪਾਵੇ ਤਬ ਗਰਭ ਕਰਤ ਹੈ। ਜਦੋਂ ਕੋਈ ਚੀਜ਼ ਪ੍ਰਾਪਤ ਹੋ ਜਾਏ ਫਿਰ ਹੰਕਾਰ ਬੜਾ ਕਰਦਾ, ਮੇਰੀ ਤਾਂ ਮਿਹਨਤ ਬਹੁਤ ਹੈ ਜੀ, ਮੈਂ ਨਾ ਦਿਨ ਵੇਖਿਆ ਨਾ ਰਾਤ ਵੇਖਿਆ, ਮੇਰੀ ਤਾਂ ਮੁਸ਼ਕਤ ਹੀ ਬਹੁਤ ਹੈ। ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਭਾਈ, ਇਹ ਜਿਹੜਾ ਮਨੁੱਖ ਹੈ, ਜਬ ਕੁਛ ਪਾਵੇ ਤਬ ਗਰਭ ਕਰਤਾ, ਮਾਇਆ ਗਈ ਤਬ ਰੋਵਣ ਲੱਗਦਾ, ਜਦੋਂ ਮਾਇਆ ਹੱਥੋਂ ਖੁਸ ਜਾਂਦੀ ਫਿਰ ਰੋਣ ਲੱਗ ਪੈ। ਜੇ ਆ ਜੇ ਤਾਂ ਕਹਿੰਦਾ ਮੇਰੀ ਕਮਾਈ ਹੈ, ਨਾ ਮੈਂ ਦਿਨ ਨਾ ਰਾਤ ਵੇਖਿਆ, ਮਾਇਆ ਹੱਥੋਂ ਚਲੀ ਜੇ ਇਹ ਫਿਰ ਰੋਣ ਲੱਗ ਪੈਂਦਾ। ਸਾਧ ਸੰਗਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਅਗਲੀ ਪੰਕਤੀ ਬੜੇ ਧਿਆਨ ਨਾਲ ਸਰਵਣ ਕਰੀਏ ਹਨ। ਮੇਰੀ ਮੇਰੀ ਕਰਤ ਸਦ ਹੀ ਵਿਹਾਵੈ। ਹਜ਼ੂਰ ਕਹਿੰਦੇ ਨੇ ਮੇਰੀ ਮੇਰੀ ਕਰਦਿਆਂ ਸਾਰੀ ਉਮਰ ਲੰਘ ਜਾਂਦੀ। ਆ ਗੁੱਸਾ ਨਾ ਕਰਿਓ, ਭਗਤ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਤੂੰ ਕਹਿੰਦਾ ਘਰ ਮੇਰਾ ਤੈਨੂੰ ਸ਼ਰਮ ਨਹੀਂ ਆਉਂਦੀ, ਲਾਜ ਨਾ ਮਰੋ, ਕਹੋ ਘਰ ਮੇਰਾ। ਜਦੋਂ ਕਹਿੰਦਾ ਘਰ ਮੇਰਾ ਤੂੰ ਸ਼ਰਮ 'ਚ ਨਹੀਂ ਮਰਦਾ। ਸਾਧ ਸੰਗਤ ਅਫਸੋਸਾਂ ਦੇ ਜਾਣ ਦਾ ਮੌਕਾ ਮਿਲਦਾ, ਕਿਸੇ ਬਜ਼ੁਰਗ ਦੀ ਮੌਤ ਹੋ ਗਈ, ਬਜ਼ੁਰਗ ਕਾਲ ਚਲਾਣਾ ਕਰ ਗਏ, ਇੱਕ ਨਹੀਂ ਮੈਂ ਤੇ ਘੱਟ ਤੋਂ ਘੱਟ 50-60 ਬਜ਼ੁਰਗਾਂ ਦੇ ਜਦੋਂ ਅਫਸੋਸ ਕਰਨ ਜਾਈਦਾ ਤੇ ਮੁੰਡੇ ਪਤਾ ਕੀ ਆਉਂਦੇ ਨੇ, ਨੂੰਹਾਂ ਕੀ ਆਉਂਦੀਆਂ ਨੇ, ਬਾਪੂ ਦੇ ਘਰ ਦਾ ਤਾਲਾ ਸੀ, ਬਾਪੂ ਦੇ ਘਰ ਦਾ ਜੰਦਰਾ ਸੀ, ਸਾਡੀ ਬੇਬੇ ਦੇ ਘਰ ਦਾ ਜੰਦਰਾ ਸੀ, ਬਜ਼ੁਰਗ ਜੰਦਰਾ ਹੁੰਦੇ ਨੇ। ਮੈਂ ਕਹਿੰਦਾ ਹੁੰਦਾ ਵੀ ਜਿਹੜਾ ਬੰਦਾ ਸਾਰੀ ਜ਼ਿੰਦਗੀ ਕਹਿੰਦਾ ਰਹਿੰਦਾ ਘਰ ਮੇਰਾ ਘਰ ਮੇਰਾ, ਮਹਾਰਾਜ ਕਹਿੰਦੇ ਤੈਨੂੰ ਤੇ ਜੰਦਰੇ ਤੋਂ ਬਾਅਦ ਕੋਈ ਕੱਖ ਨਹੀਂ ਸਮਝਦਾ, ਤੂੰ ਕਹਿੰਦਾ ਘਰ ਮੇਰਾ, ਉਹ ਕਹਿੰਦੇ ਨੇ ਜੰਦਰਾ। ਜੰਦਰੇ ਦੀ ਕਿੰਨੀ ਕੁ ਕੀਮਤ ਹੁੰਦੀ ਹੈ ਸਾਧ ਸੰਗਤ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਕਹਿੰਦੇ ਬਸ ਮੇਰੀ ਮੇਰੀ ਕਰਦਿਆਂ ਜਨਮ ਲੰਘ ਗਿਆ। ਭਗਤ ਕਬੀਰ ਸਾਹਿਬ ਕਹਿੰਦੇ ਨੇ ਮੇਰੀ ਮੇਰੀ ਕਰ ਤੇ ਜਨਮ ਗਇਓ, ਮੇਰੀ ਮੇਰੀ ਕਰ ਤੇ ਜਨਮ ਗਇਓ, ਮੇਰੀ ਮੇਰੀ ਕਰ ਤੇ। ਕਹਿਤ ਕਬੀਰ ਸੁਣੋ ਰੇ ਸੰਤੋ ਮੇਰੀ ਮੇਰੀ ਝੂਠੀ। ਕਬੀਰ ਸਾਹਿਬ ਕਹਿੰਦੇ ਉਹ ਛੱਡ ਦਿਓ ਮੇਰੀ ਮੇਰੀ ਕਰਨੀ, ਕੱਖ ਨਹੀਂ ਪੱਲੇ ਪੈਣਾ। ਚਿਰ ਗਿਟ ਫਾਰ ਚਟਾਰਾ ਲੈ ਗਇਓ ਤਰੀ ਤਾਗੜੀ ਛੂਟੀ। ਉਹ ਪਿੰਜਰੇ ਵਿੱਚ ਚਿੜਾ ਬੰਦ ਕੀਤਾ ਹੁੰਦਾ ਹੈ, ਜਦੋਂ ਬਿੱਲਾ ਆਉਂਦਾ ਨਾ ਪਿੰਜਰੇ ਨੂੰ ਪਾੜ ਕੇ ਚਿੜੇ ਨੂੰ ਧੌਣੋਂ ਫੜ ਕੇ ਲੈ ਜਾਂਦਾ। ਕਬੀਰ ਸਾਹਿਬ ਕਹਿੰਦੇ ਇਹ ਪਿੰਜਰੇ 'ਚ ਭਲਵਾਨ ਬਣਿਆ ਫਿਰਦਾ ਸੀ, ਮੈਨੂੰ ਤਾਂ ਖਤਰਾ ਹੀ ਕੋਈ ਨਹੀਂ। ਜਦੋਂ ਬਿੱਲੇ ਨੇ ਇਹਨੂੰ ਰਗਾਂ ਤੋਂ ਫੜ ਕੇ ਖੜਿਆ, ਪਿੰਜਰਾ ਪਾੜ ਕੇ ਤਰੀ ਤਾਗ ਦੀ ਛੁੱਟੀ, ਉਹ ਪਾਣੀ ਵਾਲੀ ਜਿਹੜੀ ਕੁੱਜੀ ਸੀ ਅਤੇ ਚੂਰੀ ਵਾਲੀ ਠੂਠੀ ਪਿੰਜਰੇ 'ਚ ਹੀ ਪਈ ਰਹਿ ਗਈ। ਜਦੋਂ ਅਸੀਂ ਕਹਿੰਦੇ ਨਾ ਮੇਰਾ 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 ਮੇਰਾ, ਵੇਖਿਆ ਨਾ ਜਦੋਂ ਪ੍ਰਾਣ ਨਿਕਲ ਜਾਂਦੇ ਨੇ, ਉੱਧਰ ਵੇਰੀ 'ਚ ਟਰੈਕਟਰ ਖਲੋਤਾ, ਉੱਧਰ ਕੰਬਾਈਨ ਖਲੋਤੀ ਆ, ਉੱਧਰ ਕਿਤੇ ਤਿੰਨ ਤਿੰਨ ਮੰਜ਼ਲੇ ਮਹੱਲ ਨੇ, ਉੱਧਰ ਮੱਝਾਂ ਗਾਈਆਂ ਨੇ, ਜੋ ਕੁਝ ਹੈ ਸਾਰਾ ਵਿਹੜੇ ਅਤੇ ਹਵੇਲੀਆਂ 'ਚ ਪਿਆ ਰਹਿੰਦਾ, ਇਹ ਬਿਸਤਰਾ ਗੋਲ ਕਰਕੇ ਤੁਰ ਜਾਂਦਾ। ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਨੇ ਬਸ ਮੇਰੀ ਮੇਰੀ ਕਰਦਿਆਂ ਬੰਦੇ ਦਾ ਜਨਮ ਲੰਘ ਜਾਂਦਾ ਹੈ। ਹਾਂ, ਕੋਈ ਐਸੋ ਰੇ ਭੇਟੈ ਸੰਤ। ਮਹਾਰਾਜ ਕਹਿੰਦੇ ਨੇ ਹੁਣ ਤੇ ਭਾਈ ਮੈਨੂੰ ਇਹੋ ਜਿਹਾ ਕੋਈ ਗੁਰੂ ਮਿਲ ਜਾਏ, ਇਹੋ ਜਿਹਾ ਕੋਈ ਰੱਬ ਦਾ ਪਿਆਰਾ ਮਿਲ ਜਾਏ,
ਮੇਰੀ ਲਾਹੈ ਸਗਲ ਚਿੰਤਾ। ਜਿਹੜੀ ਮੇਰੀ ਦੁਨੀਆਂ ਵਾਲੀ ਚਿੰਤਾ ਹੈ, ਮੇਰਾ ਕੀ ਬਣੇਗਾ, ਬੱਚਿਆਂ ਦਾ ਕੀ ਬਣੇਗਾ, ਕਾਰੋਬਾਰ ਦਾ ਕੀ ਬਣੇਗਾ, ਬਸ ਇਹ ਚਿੰਤਾ ਹੀ ਸਾਨੂੰ ਸਾੜੀ ਰੱਖਦੀ ਹੈ, ਰੱਬ ਦਾ ਨਾਮ ਅੰਦਰ ਨਹੀਂ ਵੱਸਦਾ। ਗਰੀਬ ਨੂੰ ਅੱਜ ਮਹਾਰਾਜ ਕਹਿੰਦੇ ਨੇ ਕੋਈ ਇਹੋ ਜਿਹਾ ਰੱਬ ਦਾ ਪਿਆਰਾ ਮਿਲੇ ਜਿਹੜਾ ਮੈਨੂੰ ਉਪਦੇਸ਼ ਕਰੇ, ਮੇਰੇ ਅੰਦਰੋਂ ਸਾਰੀ ਚਿੰਤਾ ਖਤਮ ਕਰ ਦੇ। ਠਾਕੁਰ ਸਿਉ ਮੇਰਾ ਰੰਗ ਲਾਵੇ। ਤੇ ਮੇਰਾ ਪਿਆਰ ਰੱਬ ਨਾਲ ਲਾਵੇ, ਆਪਣੇ ਨਾਲ ਨਾ ਮੇਰਾ ਪਿਆਰ ਬਣਾਵੇ, ਰੱਬ ਨਾਲ ਜੋੜੇ ਰੱਬ ਨਾਲ। ਸਾਧ ਸੰਗਤ, ਗੁਰੂ ਗਰੀਬ ਮਹਾਰਾਜ ਦਾ ਬਚਨ ਹੈ, ਗੱਲ ਹੀ ਹਰ ਨਿਹੋਂ ਨਾ ਹੋਏ, ਗੱਲਾਂ ਨਾਲ ਤੇ ਪਿਆਰ ਨਹੀਂ ਬਣਦਾ ਰੱਬ ਦੇ ਨਾਲ। ਰੂੜੋ ਮਾਣ ਹਰ ਰੰਗੋ ਲੋੜ ਹੈ, ਗੱਲ ਹੀ ਹਰ ਨਿਹੋਂ ਨਾ ਹੋਏ। ਮਹਾਰਾਜ ਕਹਿੰਦੇ ਨੇ ਬੰਦਾ ਪਤਾ ਕੀ ਚਾਹੁੰਦਾ, ਮੈਨੂੰ ਰੱਬ ਦਾ ਰੰਗ ਸੋਹਣਾ ਚੜ੍ਹ ਜਾਏ, ਪਰ ਗੱਲਾਂ ਬਾਤਾਂ ਨਾਲ ਉਹ ਰੰਗ ਨਹੀਂ ਚੜ੍ਹਦਾ। ਗਰੀਬ ਨੂੰ ਅੱਜ ਮਹਾਰਾਜ ਕਿਰਪਾ ਕਰਦੇ ਨੇ, ਹੁਣ ਮੈਨੂੰ ਕੋਈ ਇਹੋ ਜਿਹਾ ਪਿਆਰਾ ਮਿਲੇ, ਮੈਨੂੰ ਉਸ ਪਰਮੇਸ਼ਰ ਦੇ ਨਾਲ ਮਿਲਾ ਦੇ ਤੇ ਉਹਦਾ ਪਿਆਰ ਮੇਰੇ ਨਾਲ ਬਣ ਜਾਏ। ਹਨ ਪੜੇ ਰੇ ਸਗਲ ਬੇਦ, ਨਹਿ ਚੂਕੈ ਮਨ ਭੇਦ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ, ਮੈਂ ਬੜੇ ਵੇਦ ਪੜ੍ਹ ਕੇ ਵੇਖ ਲਏ, ਮੈਂ ਸ਼ਾਸਤਰ ਪੜ੍ਹ ਕੇ ਦੇਖ ਲਏ, ਮੈਂ ਗ੍ਰੰਥ ਪੜ੍ਹ ਕੇ ਲਿਖ ਲਏ, ਪਰ ਜਿਹੜਾ ਰੱਬ ਦਾ ਤੇ ਸਾਡੇ ਮਨ ਦਾ ਫਾਸਲਾ ਪਿਆ ਹੋਇਆ ਨਾ, ਨਾ ਵੇਦ ਪੜ੍ਹ ਕੇ ਉਹ ਵਿੱਥ ਮਿਟੀ, ਨਾ ਪੁਰਾਣ ਪੜ੍ਹ ਕੇ ਉਹ ਵਿੱਥ ਮਿਟੀ। ਸਾਧ ਸੰਗਤ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਵੰਗਮ ਸਾਧੇ। ਬੜੇ ਬੜੇ ਨਿਵਲੀ ਕਰਮ ਕਰਕੇ ਵੇਖੇ, ਵੇਦ ਗ੍ਰੰਥ ਪੜ੍ਹ ਪੜ੍ਹ ਕੇ ਦੇਖੇ। ਪੰਜ ਜਣਾ ਸੋ ਸੰਗ ਨਾ ਛੁੱਟ ਕੇ, ਉਹ ਅਹੰਗ ਅਹੰਗ ਬੁੱਧ ਬਾਧੇ। ਪਰ ਪੰਜਾਂ ਨਾਲ ਉਹ ਬੰਦੇ ਦਾ ਸਾਥ ਨਹੀਂ ਟੁੱਟਦਾ, ਜਿੰਨੇ ਮਰਜ਼ੀ ਬੰਦਾ ਪਾਠ ਕਰ ਲਏ, ਵੇਦਾਂ ਦੇ ਸ਼ਾਸਤਰ ਪੜ੍ਹ ਲਏ। ਗੁਰਦੇਵ ਕਹਿੰਦੇ ਨੇ, ਪਿਆਰੇ ਇਨ ਬਿਦ ਮਿਲ ਨਾ ਜਾਏ, ਮੈਂ ਕੀਏ ਕਰਮਾਨੇ ਕਾ ਹਾਰ, ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਬਿਵੇਕਾ। ਹੇ ਮੇਰੇ ਪਿਆਰੇ, ਕਰਮ ਧਰਮ ਕੀਤਿਆ ਨਹੀਂ ਰੱਬ ਮਿਲਦਾ। ਗਰੀਬ ਨੂੰ ਅੱਜ ਮਹਾਰਾਜ ਕਹਿੰਦੇ ਨੇ, ਬਥੇਰੇ ਅਸੀਂ ਪੜ੍ਹ ਪੜ੍ਹ ਕੇ ਵੇਖੇ ਵੇਦ ਪੁਰਾਣ, ਜਿਹੜਾ ਰੱਬ ਨਾਲ ਸਾਡਾ ਫਰਕ ਪਿਆ ਹੋਇਆ ਸੀ, ਵਿੱਥ ਪਈ ਸੀ, ਉਹ ਫਾਸਲਾ ਦੂਰ ਨਹੀਂ ਹੋਇਆ। ਇੱਕ ਖਿੰਨ ਨਾ ਧੀਰਹ, ਮੇਰੇ ਘਰ ਕੇ ਪੰਚਾ। ਬਥੇਰੇ ਮੈਂ ਗ੍ਰੰਥ ਪੜ੍ਹ ਕੇ ਵੇਖੇ, ਹਜ਼ੂਰ ਕਹਿੰਦੇ ਜਿਹੜੇ ਮੇਰੇ ਅੰਦਰ ਪੰਜ ਚੋਰ ਬੈਠੇ ਨੇ, ਉਹ ਬਿਲਕੁਲ ਸ਼ਾਂਤ ਨਹੀਂ ਹੋਏ, ਉਹਨਾਂ ਦੇ ਸੁਭਾਅ 'ਚ ਕੋਈ ਫਰਕ ਨਹੀਂ ਪਿਆ। ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ, ਬੜੇ ਧਿਆਨ ਨਾਲ ਸੁਣ, ਕੋਈ ਇਹੋ ਜਿਹਾ ਸੰਤ ਮਿਲੇ, ਕੋਈ ਇਹੋ ਜਿਹਾ ਭਗਤ ਮਿਲੇ, ਕੋਈ ਇਹੋ ਜਿਹਾ ਰੱਬ ਦਾ ਪਿਆਰਾ ਮਿਲੇ, ਜਿਹੜਾ ਆਪ ਮਾਇਆ ਤੋਂ ਰਹਿਤ ਹੋਏ, ਜਿਹੜਾ ਮਾਇਆ ਦੇ ਮੋਹ ਤੋਂ ਆਪ ਬਚਿਆ ਹੋਏ, ਇਹੋ ਜਿਹਾ ਕੋਈ ਮੈਨੂੰ ਰੱਬ ਦਾ ਪਿਆਰਾ ਮਿਲੇ। ਸਾਧ ਸੰਗਤ, ਇੱਕ ਸ਼ਬਦ ਹੈ ਬਾਬਾ ਕਬੀਰ ਸਾਹਿਬ ਦਾ, ਇਹ ਜਿਹੜੀ ਮਾਇਆ ਵਾ ਨਾ, ਮਾਇਆ ਮਾਇਆ ਦਾ ਵਾਜਾ ਹਰੇਕ ਜੀਵ ਦੇ ਅੰਦਰ ਵੱਜ ਰਿਹਾ। ਨਕਟੀ ਕੋ ਠਣਗਣ ਬਾਡਾ ਡੂੰ, ਬਾਡਾ ਕਹਿੰਦੇ ਨੇ ਵਾਜੇ ਨੂੰ। ਕਬੀਰ ਸਾਹਿਬ ਕਹਿੰਦੇ ਨੇ, ਉਹ ਨੱਕ ਕੱਟੀ ਜਿਹੜੀ ਮਾਇਆ, ਇਹਦਾ ਵਾਜਾ ਹਰੇਕ ਬੰਦੇ ਦੇ ਅੰਦਰ ਵੱਜਦਾ। ਜੇ ਕੋਈ ਕਹਿੰਦਾ ਮੈਂ ਮਾਇਆ ਨੂੰ ਹੱਥ ਨਹੀਂ ਲਾਉਂਦਾ, ਮੈਂ ਮਾਇਆ ਨਹੀਂ ਲੈਂਦਾ, ਨਾ ਮੈਂ ਕਿਸੇ ਕੋ ਮਾਇਆ ਲੈਂਦਾ, ਮੈਂ ਮਾਇਆ ਤੋਂ ਬਚਿਆ ਹੋਇਆ,
ਨਗਟੀ ਕੋ ਠਣਗਣ ਬਾਡਾ ਡੂ। ਫਿਰ ਅਗਲੇ ਬੰਨੇ ਭਗਤ ਜੀ ਕਹਿੰਦੇ ਸਗਲ ਮਾਹੇ ਨਗਟੀ ਕਾ ਵਾਸਾ, ਇਸ ਨੱਕ ਕੱਟੀ ਮਾਇਆ ਦਾ ਸਾਰਿਆਂ ਵਿੱਚ ਹੀ ਵਾਸਾ। ਸਗਲ ਮਾਰ ਉਹੇਰੀ, ਆਪਣੇ ਸ਼ਿਕਾਰਾਂ ਨੂੰ ਮਾਰ ਕੇ ਨਾ ਇਹ ਮਾਇਆ, ਫਿਰ ਧਿਆਨ ਮਾਰ ਕੇ ਵੇਖਦੀ ਆ ਵੀ ਕੋਈ ਮੇਰੇ ਕੋਲੋਂ ਬਚਿਆ ਤੇ ਨਹੀਂ, ਅਜੇ ਕੋਈ ਬਚ ਤੇ ਨਹੀਂ ਗਿਆ ਮੇਰੇ ਕੋਲੋਂ। ਸਗਲ ਮਾਰ ਉਹੇਰੀ, ਸਗਲਿਆਂ ਕੀ ਹੂੰ ਬਹਿਣ ਪਾਣ ਜੀ। ਮਾਇਆ ਕਹਿੰਦੇ ਕਿਸੇ ਦੀ ਮੈਂ ਭੈਣ ਲੱਗਣੀ ਆ, ਕਿਸੇ ਦੀ ਮੈਂ ਰਿਸ਼ਤੇਦਾਰ ਨਹੀਂ ਲੱਗਦੀ ਆ, ਕਿਸੇ ਦੀ ਮੈਂ ਭਾਣਜੀ ਲੱਗਣੀ ਆ। ਭਾਵ ਕਿ ਜਿਵੇਂ ਲੋਕ ਭੈਣਾਂ ਨੂੰ ਤੇ ਭਾਣਜੀਆਂ ਨੂੰ ਪਿਆਰ ਨਾਲ ਰੱਖਦੇ ਆ ਨਾ ਘਰ ਵਿੱਚ, ਇੱਦਾਂ ਮੈਨੂੰ ਲੋਕ ਪਿਆਰ ਨਾਲ ਘਰ ਵਿੱਚ ਰੱਖਦੇ ਨੇ। ਸਗਲਿਆਂ ਕੀ ਹੂੰ ਬਹਿਣ ਭਾਣਜੀ, ਕਿਸੇ ਦੀ ਮੈਂ ਭੈਣ ਲੱਗਣੀ ਆ, ਕਿਸੇ ਦੀ ਭਣੇਵੀਂ ਲੱਗਣੀ ਆ। ਸਗਲਿਆਂ ਕੀ ਹੂੰ ਬਹਿਣ ਭਾਣਜੀ, ਜਿੰਨੇ ਬਰੀ ਤਿੰਨੇ ਚਿਰ, ਜਿਹੜਾ ਮੇਰੇ ਨਾਲ ਵਿਆਹ ਕਰ ਲੇ ਉਹਦੀ ਮੈਂ ਦਾਸੀ ਬਣ ਜਾਂਦੀ, ਉਹਦੀ ਮੈਂ ਚੇਲੀ ਬਣ ਜਾਂਦੀ। ਤੇ ਕਬੀਰ ਜੀ ਨੇ ਆਖਿਆ ਉਹ ਤੇਰਾ ਪਤੀ ਕਿਹੜਾ ਵਾ? ਫਿਰ ਮਾਇਆ ਅੱਗੋਂ ਜਵਾਬ ਦਿੰਦੀ ਹੈ, ਹਮਰੋ ਭਰਤ ਬੜੋ ਬਵੇਕੀ, ਆਪੇ ਸੰਤ ਕਹਾਵੇ ਆਓ ਹਮਾਰੇ ਮਾਥੇ ਕਾਇਮ। ਕਬੀਰ ਜੀ ਕਹਿੰਦੇ, ਮਾਇਆ ਕਹਿੰਦੀ ਭਈ ਮੇਰਾ ਪਤੀ ਪਤਾ ਕੌਣ ਆ? ਜਿਹੜਾ ਬਵੇਕੀ ਪੁਰਸ਼ ਹੈ, ਜਿਹਨੂੰ ਅਕਲ ਆ ਗਈ, ਦੀਜੈ ਬੋਧ ਵਿਵੇਕ ਹੈ, ਜਿਹਨੂੰ ਸਮਝ ਆ ਗਈ ਪਾਪ ਕੀ ਹੈ, ਪੁੰਨ ਕੀ ਹੈ, ਚੰਗਾ ਕੀ ਹੈ, ਮਾੜਾ ਕੀ ਹੈ, ਇਹ ਰਸਤਾ ਕੀ ਹੈ, ਉਹ ਰਸਤਾ ਕੀ ਹੈ, ਉਹਨੂੰ ਫਿਰ ਸੰਤ ਕਹਿੰਦੇ ਨੇ, ਜਿਹਨੂੰ ਵਿਵੇਕ ਬੁੱਧੀ ਪ੍ਰਾਪਤ ਹੋ ਜੇ। ਸੰਤ ਕਿਸੇ ਲਿਬਾਸ ਦਾ ਨਾਮ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ, ਇਹ ਕਰਮਾਂ ਤੋਂ ਪਤਾ ਲੱਗਦਾ ਸੰਤ ਕੌਣ ਹੈ। ਆਓ ਹਮਾਰੇ ਮਾਥੇ ਕੈਮ, ਔਰ ਹਮਰਿਆ ਨਿਗਟ ਨਾ ਆਵੇ। ਬੜੇ ਧਿਆਨ ਨਾਲ ਸੁਣਨਾ, ਮਾਇਆ ਪਤਾ ਕੀ ਆਉਂਦੀ? ਕਹਿੰਦੇ ਜਿਹੜਾ ਬਵੇਕੀ ਪੁਰਸ਼ ਹੈ ਉਹਦਾ ਡੰਡਾ ਮੇਰੇ ਸਿਰ ਤੇ ਕੈਮ ਹੈ, ਜਣਾ ਖਣਾ ਮੇਰੇ ਨੇੜੇ ਨਹੀਂ ਫੜਕ ਸਕਦਾ, ਕਿਸੇ ਦੀ ਜ਼ਰੂਰਤ ਨਹੀਂ ਮੇਰੇ ਨੇੜੇ ਫੜਕ ਜਾਏ। ਇੱਕ ਸ਼ਬਦ ਆਉਂਦਾ ਹੈ, ਮਾਇਆ ਮਮਤਾ ਮੋਹਨੀ ਜਿਨ ਵਿਣ ਦੰਤੈ ਜਗ ਖਾਇਆ। ਦੰਦਾਂ ਤੋਂ ਬਗੈਰ ਹੀ ਚੱਬ ਜਾਂਦੀ ਬੰਦੇ ਨੂੰ, ਸਮਝਾਉਣ ਵਾਲੇ ਵੀ ਇਹਨੂੰ ਖਾ ਜਾ, ਸਮਝਾਉਣ ਵਾਲਿਆਂ ਨੂੰ ਇਹ ਤਾਂ ਖਾ ਜਾਂਦੀ ਹੈ। ਮਨਮੁਖ ਖਾ ਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਇਹਦਾ ਵਾਜਾ ਹਰੇਕ ਜੀਵ ਦੇ ਅੰਦਰ ਵੱਸਦਾ। ਸਾਧ ਸੰਗਤ ਮੈਂ ਨਾਮ ਨਹੀਂ ਲੈਣਾ, ਕਨੇਡਾ ਵਿੱਚ ਇੱਕ ਸਟੇਜ ਹੈ, ਮੈਂ ਸ਼ਹਿਰ ਦਾ ਵੀ ਨਾਮ ਨਹੀਂ ਲੈਣਾ ਤੇ ਉਸ ਬਾਬਾ ਜੀ ਦਾ ਨਾਮ ਹੀ ਨਹੀਂ ਲੈਣਾ। ਲਾਈਵ ਚੱਲਦਾ ਸੀ, ਲਾਈਵ ਮੇਰਾ ਖਿਆਲ 2011-12 ਦੀ ਗੱਲ ਹੋਈ। ਉਹ ਬਾਬਾ ਜੀ ਸਟੇਜ 'ਤੇ ਕੀਰਤਨ ਕਰਨ, 4-5 ਜਣੇ ਸੀ, ਮਾਇਆ ਦਾ ਵਿਸ਼ਾ ਸੀ, ਮਾਇਆ ਦਾ ਵਿਸ਼ਾ। ਅਤੇ ਬਾਬਾ ਜੀ ਕਹਿਣ ਲੱਗੇ ਵੀ ਇਹ ਜਿਹੜੀ ਮਾਇਆ ਬਿਨਾਂ ਦੰਦਾਂ ਤੋਂ ਬੰਦੇ ਨੂੰ ਖਾ ਜਾਂਦੀ, ਮਾਇਆ ਦਾ ਡੰਗਿਆ ਹੋਇਆ ਬੰਦਾ ਪਾਣੀ ਨਹੀਂ ਮੰਗਦਾ। ਜਦੋਂ ਮਾਇਆ ਦੀ ਇਸ ਤਰ੍ਹਾਂ ਵਿਆਖਿਆ ਕੀਤੀ, ਬਚੋ ਇਸ ਮਾਇਆ ਨਾਗਣੀ ਤੋਂ, ਸਪਣੀ ਹੈ, ਡੰਗ ਮਾਰਦੀ ਆ, ਪਾਣੀ ਨਹੀਂ ਮੰਗਦਾ ਬੰਦਾ। ਸੰਗਤ ਬੜੀ ਸੀ, ਲੋਹੜੇ ਵੇਲੇ ਦਾ ਦੀਵਾਨ ਸੀ, ਸੂਰਜ ਪ੍ਰਕਾਸ਼ ਦੀ ਕਥਾ ਹੋ ਰਹੀ ਸੀ, ਉਸ ਤੋਂ ਬਾਅਦ ਸੂਰਜ ਪ੍ਰਕਾਸ਼ ਦੀ ਕਥਾ ਸੀ। ਇੱਕ ਸਿੰਘ ਉੱਠਿਆ, ਉਹ ਜਿੰਨੇ ਵੀ ਡਾਲਰ ਹੋਏ ਸੀ ਨਾ ਉਹਨੇ ਚੁੱਕ ਕੇ ਬਾਬਾ ਜੀ ਦੇ ਅੱਗੋਂ ਜਿਹੜਾ ਉਹ ਟੋਕਰਿਆਂ ਦੇ ਧਰਿਆ ਸੀ, ਜਿੰਨੇ ਉਹ 'ਚ ਡਾਲਰ ਹੋਏ ਸੀ ਮੁੰਡੇ ਨੇ ਚੁੱਕ ਕੇ ਦੇ ਗੋਲਕ 'ਚ ਪਾ ਦਿੱਤੇ।
ਸ਼ਬਦ ਭੁੱਲ ਗਿਆ, ਤਾਲ ਭੁੱਲ ਗਏ। ਅੱਧਾ ਘੰਟਾ ਰਹਿੰਦਾ ਸੀ ਮਹਾਂਪੁਰਖਾਂ ਦਾ, ਬਾਬਾ ਜੀ ਦਾ ਅੱਧਾ ਘੰਟਾ ਰਹਿੰਦਾ ਸੀ। ਮੈਂ ਸੁਣਿਆ ਚਲੋ ਸੁਣਾਂਗੇ, ਰੱਬ ਦੀ ਗੱਲ ਸੁਣਾਂਗੇ। ਅੱਧਾ ਘੰਟਾ ਰਹਿੰਦਾ ਸੀ, 10-12 ਮਿੰਟਾਂ ਵਿੱਚ ਬਾਬਾ ਜੀ ਨੇ ਸਮਾਪਤੀ ਕਰ ਦਿੱਤੀ, ਹੱਲਾ ਗੁੱਲਾ ਮੱਚ ਗਿਆ ਤੇ ਫਤਿਹ ਬਲਾਕ ਦੇ ਦਫ਼ਤਰ 'ਚ ਚਲ ਗਿਆ। ਬੜਾ ਹੱਲੋ ਗੱਲ ਮੁੱਚਿਆ ਵੀ ਮੇਰੀ ਮਾਇਆ ਪਈ ਗੋਲਕ 'ਚ ਪਾਤੀ। ਕੋ ਉਸ ਗੱਭਰੂ ਨੂੰ ਬੁਲਾਇਆ, ਉਸ ਮੁੰਡੇ ਨੂੰ ਬੁਲਾਇਆ ਪ੍ਰਬੰਧਕਾਂ ਨੇ, ਇਹ ਮੇਰੇ ਸਾਹਮਣੇ ਦੀ ਗੱਲ ਹੈ। ਮੁੰਡੇ ਨੂੰ ਬੁਲਾਇਆ, ਤੂੰ ਭਾਈ ਬਾਬਾ ਜੀ ਦੀ ਮਾਇਆ, ਤੂੰ ਮਹਾਂਪੁਰਖਾਂ ਦੀ ਮਾਇਆ ਕਿਉਂ ਗੋਲਕ 'ਚ ਪਾਈ ਪਏ? ਉਹ ਹੱਥ ਜੋੜ ਕੇ ਕਹਿੰਦਾ, ਗਿਆਨੀ ਜੀ ਅਸਲ ਗੱਲ ਇਹ ਆ, ਬਾਬਾ ਜੀ ਕਹਿ ਰਹੇ ਸੀ ਵੀ ਮਾਇਆ ਬਿਨਾਂ ਦੰਦਾਂ ਤੋਂ ਡੰਗ ਮਾਰ ਜਾਂਦੀ ਹੈ, ਇਹਦਾ ਡੰਗਿਆ ਬੰਦਾ ਪਾਣੀ ਨਹੀਂ ਮੰਗਦਾ। ਅਤੇ ਮੈਂ ਸੋਚਿਆ ਵੀ ਅਸੀਂ ਤਾਂ ਦੂਰ ਬੈਠੇ ਹਾਂ ਅਤੇ ਬਾਬਾ ਜੀ ਦੇ ਬਿਲਕੁਲ ਮਾਇਆ ਦੇ ਲਾਗੇ ਨੇ, ਕਿਤੇ ਡੰਗ ਨਾ ਕਿਤੇ ਮਾਰ ਜਾਏ। ਮੈਂ ਤਾਂ ਤਾਂ ਮਾਇਆ ਚੁੱਕ ਕੇ ਗੋਲਕ ਵਿੱਚ ਪਾਏ। ਅਤੇ ਬਾਬਾ ਜੀ ਕਹਿੰਦੇ, ਭਾਈ ਉਹ ਸਾਨੂੰ ਨਹੀਂ ਡੰਗ ਮਾਰਦੀ, ਹੋਰਨਾਂ ਨੂੰ ਡੰਗ ਮਾਰਦੀ ਹੈ, ਤੁਹਾਨੂੰ ਕਿਉਂ ਨਹੀਂ ਮਾਰਦੀ ਪਈ? ਮੈਂ ਬੇਨਤੀ ਕਰਾਂਗਾ, ਧਾਰਮਿਕ ਲਟੇਰਿਆਂ ਤੋਂ ਬਚੀਏ। ਉਹਨੇ ਦੁਨੀਆਂ 'ਚ ਲਟੇਰੇ ਨਹੀਂ ਜਿੰਨੇ ਸਾਡੀ ਲੈਣ ਵਿੱਚ ਲਟੇਰੇ ਨੇ। ਸ਼ਰਧਾ ਹੁੰਦੀ ਹੈ ਜਗਿਆਸੂ ਵਿੱਚ, ਅਸੀਂ ਭਾਵਨਾਵਾਂ ਦਾ ਨਜਾਇਜ਼ ਫਾਇਦਾ ਲੈ ਲੈਂਦੇ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕੋਈ ਐਸੋ ਰੇ ਭਗਤ, ਕੋਈ ਭਗਤ ਹੋਏ ਜਿਹੜਾ ਇਹਦੇ ਤੋਂ ਬਚਿਆ ਹੋਏ। ਭਗਤ ਕਬੀਰ ਜੀ ਕਹਿੰਦੇ, ਸਾਡੇ ਕੋਲ ਵੀ ਆਈ ਸੀ ਮਾਇਆ, ਪਹਿਲਾਂ ਅਸੀਂ ਇਹਦਾ ਨੱਕ ਕੱਟਿਆ, ਫਿਰ ਅਸੀਂ ਇਹਦੇ ਕੰਨ ਕੱਟੇ, ਇਹਦਾ ਭਾਅ ਪਤਾ ਕੀ ਹੈ ਸਾਧ? ਪਹਿਲਾਂ ਬੰਦਾ ਇਸ ਕਰਕੇ ਕਰਜ਼ੇ ਚੁੱਕ ਚੁੱਕ ਕੇ ਵਿਆਹ ਕਰਦਾ, ਲੱਖਾਂ ਰੁਪਈਏ ਚੁੱਕ ਚੁੱਕ ਕੇ ਕੋਠੀ ਬਣਾਉਂਦਾ, ਲੱਖਾਂ ਰੁਪਈਏ ਚੁੱਕ ਚੁੱਕ ਕੇ ਗੱਡੀ ਲੈਂਦਾ, ਲੱਖਾਂ ਰੁਪਈਏ ਕਰਜ਼ਾ ਲੈ ਕੇ ਵਿਆਹ ਕਰਦਾ, ਮੇਰਾ ਨੱਕ ਰਹਿ ਜਾਏ। ਫਿਰ ਜਦੋਂ ਵਿਆਹ ਲੰਘ ਜੇ, ਫਿਰ ਕੰਨ ਲਾ ਕੇ ਸੁਣਦਾ ਵੀ ਹੁਣ ਲੋਕ ਮੇਰੇ ਬਾਰੇ ਕੀ ਆਉਂਦੇ ਨੇ। ਪਹਿਲਾਂ ਨੱਕ ਰੱਖਣ ਵਾਸਤੇ ਇਹਨੇ ਵਿੱਤੋਂ ਬਾਹਰਾ ਖਰਚ ਕੀਤਾ, ਹੁਣ ਕੰਨਾਂ ਨਾਲ ਸੁਣਦਾ ਲੋਕ ਮੇਰੇ ਬਾਰੇ ਕੀ ਕਹਿੰਦੇ ਨੇ। ਭਗਤ ਕਬੀਰ ਜੀ ਕਹਿੰਦੇ ਨੇ, ਨੱਕ ਕਾਟੀ ਕੰਨੋ ਕਾਟੀ, ਕਾਟ ਘੂਟ ਕੈ ਡਾਰੀ। ਅਸੀਂ ਇਹਦਾ ਨੱਕ ਵੀ ਵੱਢ ਦਿੱਤਾ ਤੇ ਕੰਨ ਵੀ ਵੱਢ ਦਿੱਤੇ। ਅਸੀਂ ਕਿਹਾ ਦਫਾ ਹੋ ਜਾ ਸਾਡੇ ਕੋਲ, ਕਾੜ ਕੂੜ ਕੇ ਡਾਰੀ। ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਇਹ ਭੈਣ ਤੇ ਭਾਣ ਦੀ ਹੋਵੇਗੀ ਲੋਕਾਂ ਦੀ, ਸੰਤੇ ਨੂੰ ਆਪਣੀ ਵੈਰਨ ਸਮਝਦੇ ਨੇ। ਗਰੀਬ ਨੂੰ ਅੱਜ ਮਹਾਰਾਜ ਕਹਿੰਦੇ ਨੇ, ਕੋਈ ਇਹੋ ਜਿਹਾ ਭਗਤ ਹੋਏ ਜਿਹੜਾ ਆਪ ਮਾਇਆ ਤੋਂ ਬਚਿਆ ਹੋਏ। ਹਾਂਜੀ, ਇੱਕ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਚਾ। ਜਿਹੜਾ ਮਾਇਆ ਦੇ ਮੋਹ ਤੋਂ ਬਚਿਆ ਹੋਇਆ ਭਗਤ ਹੈ, ਉਹ ਫਿਰ ਮੈਨੂੰ ਮਿਲੇ ਪਰਮੇਸ਼ਰ ਦਾ ਨਾਮ, ਅੰਮ੍ਰਿਤ ਜਿਹੜਾ ਨਾਮ ਹੈ ਮੇਰੇ ਅੰਦਰ ਸਿੰਜ ਦੇ। ਹਾਂਜੀ, ਜੇ ਤੇਰੇ ਤੀਰਥ ਨਹਾਏ ਅਹੰਗ ਬੁੱਧ ਮੈਲ ਲਾਏ। ਜਿੰਨੇ ਬੰਦਾ ਤੀਰਥ ਨਹਾਉਂਦਾ ਓਨਾ ਹੀ ਇਹਦਾ ਹੰਕਾਰ ਵੱਧਦਾ ਜਾਂਦਾ। ਮੈਨੂੰ ਮਾਫ ਕਰਨਾ, ਇਹ ਨਹੀਂ ਵੀ ਮੈਂ ਇਹ ਸਮੁੱਚੀ ਬੇਨਤੀ ਕਰਦਾ। ਕੋਈ ਆਂਦਾ ਮੈਂ 11 ਵਾਰੀ ਹਜ਼ੂਰ ਸਾਹਿਬ ਗਿਆ, ਕੋਈ ਆਂਦਾ ਜਿਵੇਂ 15 ਵਾਰੀ ਗਿਆ। ਜਿਹੜਾ 15 ਵਾਰੀ ਹਜ਼ੂਰ ਸਾਹਿਬ ਗਿਆ, ਉਹ ਇੱਕ ਵਾਰੀ ਹਜ਼ੂਰ ਸਾਹਿਬ ਗਏ ਨੂੰ ਇਸ ਤਰ੍ਹਾਂ ਸਮਝਦਾ ਜਿਵੇਂ 100 ਕਿੱਲੇ ਵਾਲਾ 1 ਕਿੱਲੇ ਵਾਲੇ ਨੂੰ ਸਮਝਦਾ, ਜਿਵੇਂ 500 ਏਕੜ ਵਾਲਾ ਮਜ਼ਦੂਰ ਨੂੰ ਸਮਝਦੇ ਤੇ ਪੱਲੇ ਕੀ ਆ।
ਇੰਨੀ ਵਾਰੀ ਹਜ਼ੂਰ ਸਾਹਿਬ ਗਿਆ, ਇੰਨੀ ਵਾਰੀ ਫਲਾਣੇ ਤੀਰਥ 'ਤੇ ਗਿਆ। ਗਰੀਬ ਨੂੰ ਅੱਜ ਮਹਾਰਾਜ ਕਹਿੰਦੇ ਜਿੰਨੇ ਤੀਰਥਾਂ 'ਤੇ ਗਏ ਓਨੀ ਇਹਦੀ ਮਹਿਲ ਵੱਧਦੀ ਗਈ। ਹਾਂਜੀ, ਘਰ ਕੋ ਠਾਕੁਰ ਇੱਕ ਤਿਲ ਨਾ ਮੰਨੈ। ਜਿਹੜਾ ਘਰ ਵਿੱਚ ਮਾਲਕ ਰਹਿੰਦਾ ਸੀ ਉਹ ਇਹਦੀ ਤੀਰਥ ਯਾਤਰਾ ਦਾ ਕੌਡੀ ਮੁੱਲ ਨਹੀਂ ਪਾਉਂਦਾ। ਜਦੋਂ ਬੰਦਾ ਹੰਕਾਰ ਕਰਦਾ ਨਾ, ਮੈਂ ਤੀਰਥਾਂ 'ਤੇ ਗਿਆ ਤੀਰਥਾਂ 'ਤੇ ਗਿਆ, ਫਿਰ ਰੱਬ ਉਹਦਾ ਕੌਡੀ ਮੁੱਲ ਨਹੀਂ ਪੈਂਦਾ ਪਾਉਂਦਾ। ਹਾਂਜੀ, ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ। ਮਹਾਰਾਜ ਕਹਿੰਦੇ ਹੁਣ ਮੈਂ ਇਹ ਸੋਚਦਾ ਮੈਨੂੰ ਸਤ ਸੰਗਤ ਮਿਲੇ, ਮੈਂ ਉਹਦੇ 'ਚ ਜਾਵਾਂ, ਮੈਨੂੰ ਆਨੰਦ ਪ੍ਰਾਪਤ ਹੋ ਜਾਏ। ਗਿਆਨ ਅੰਜਨ ਮੇਰਾ ਮਨ ਇਸ਼ਨਾਨੈ। ਜਿਹੜਾ ਗਿਆਨ ਦਾ ਸੁਰਮਾ ਹੈ ਉਹ ਮੈਂ ਪਾਵਾਂ ਤੇ ਮੇਰਾ ਇਸ਼ਨਾਨ ਹੋ ਜਾਏ, ਪਾਵ ਕੇ ਪਵਿੱਤਰ ਹੋ ਜਾਵਾਂ। ਹਾਂਜੀ, ਸਗਲ ਆਸ਼ਰਮ ਕੀਨੇ ਮਨੁਆ ਨਹਿ ਪਤੀਨੇ। ਸਾਧ ਸੰਗਤ ਹਿੰਦੂ ਧਰਮ ਦੇ ਚਾਰ ਆਸ਼ਰਮ ਗਿਣੇ ਗਏ ਨੇ, ਬ੍ਰਹਮਚਰਜ, ਉਸ ਤੋਂ ਬਾਅਦ ਗ੍ਰਿਸਤੀ ਹੈ, ਫਿਰ ਵਨਪ੍ਰਸਥ ਹੈ, ਵਣਾਂ ਪਾ ਕੇ ਜੰਗਲ 'ਚ ਤੁਰ ਜਾਣਾ, ਫਿਰ ਸੰਨਿਆਸ ਲੈ ਲੈਣਾ। ਮਹਾਰਾਜ ਕਹਿੰਦੇ ਨੇ ਜਿੰਨੇ ਮਰਜ਼ੀ ਆਸ਼ਰਮ ਕਰ ਲਓ, ਇਹ ਜਿਹੜਾ ਮਨ ਹੈ ਇਹ ਕਦੇ ਨਹੀਂ ਪਤੀਜਦਾ। ਵਿਵੇਕਹੀਨ ਦੇਹੀ ਧੋਏ। ਵਿਚਾਰਹੀਣ ਬੰਦਾ ਸਰੀਰ ਹੀ ਧੋਂਦਾ ਰਹਿੰਦਾ, ਇਹ ਇਸ਼ਨਾਨ ਹੀ ਕਰਦਾ ਰਹਿੰਦਾ ਸਾਰਾ ਦਿਨ। ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਅੰਦਰੋ ਅੰਨਾ ਬਾਹਰੋ ਅੰਨਾ, ਕੂੜੀ ਕੂੜੀ ਗਾਵੇ, ਦੇਹੀ ਧੋਵੇ ਚੱਕਰ ਬਣਾਵੇ, ਮਾਇਆ ਨੂੰ ਬਹੁਤਾਵੇ। ਦੇਹੀ ਦਾ ਇਸ਼ਨਾਨ ਕਰਦਾ ਤੀਰਥ ਜਾ ਕੇ, ਮੱਥੇ ਤੇ ਨਿਸ਼ਾਨ ਬਣਾ ਲੈਂਦਾ, ਛਾਤੀ ਦੇ ਬਾਹਾਂ ਤੇ ਨਿਸ਼ਾਨ ਬਣਾ ਲੈਂਦਾ, ਪਰ ਅੰਦਰ ਜਿਹੜੀ ਇਹਦੀ ਸੁਰਤ ਆ ਉਸ ਬਾਇਆ ਵਿੱਚ ਹੀ ਲੱਗੀ ਹੋਈ ਹੈ। ਹਾਂਜੀ, ਕੋਈ ਪਾਈਐ ਰੇ ਪੁਰਖ ਵਿਧਾਤਾ, ਪਾਰ ਬ੍ਰਹਮ ਕੈ ਰੰਗ ਰਾਤਾ। ਹਜ਼ੂਰ ਕਹਿੰਦੇ ਮੈਂ ਹੁਣ ਇਹ ਬੇਨਤੀ ਕਰਦਾ ਕੋ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਹੋਏ, ਪਰਮੇਸ਼ਰ ਦਾ ਪਿਆਰਾ ਹੋਏ। ਹਾਂਜੀ, ਮੇਰੇ ਮਨ ਕੀ ਦੁਰਮਤ ਮਾਲਕ ਹੋਏ। ਕੋਈ ਰੱਬ ਦਾ ਪਿਆਰਾ ਮਿਲੇ ਜਿਹੜਾ ਆਪ ਉਹਦੇ 'ਚ ਰੱਤਾ ਹੋਏ, ਤੇ ਮੇਰੇ ਮਨ ਦੀ ਦੁਰਮਤ ਜਿਹੜੀ ਭੈੜੀ ਮਾਤਾ ਇਹਨੂੰ ਵੀ ਦੂਰ ਕਰ ਦੇ। ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ। ਸਾਰੀ ਜ਼ਿੰਦਗੀ ਧਰਮ ਕਰਮ ਵਿੱਚ ਹੀ ਫਸਿਆ ਰਹਿੰਦਾ, ਇੱਕ ਨਿਮਖ ਵਾਸਤੇ ਵੀ ਪਰਮੇਸ਼ਰ ਨਾਲ ਸੱਚੇ ਦਿਲੋਂ ਪਿਆਰ ਨਹੀਂ ਪਾਉਂਦਾ। ਗਰਬ ਗਰਬ ਪੜੈ ਕਹੀ ਨਾ ਲੇਖੈ। ਹਜ਼ੂਰ ਕਹਿੰਦੇ ਬਸ ਹੰਕਾਰ ਹੀ ਕਰੀ ਜਾਂਦਾ, ਮੈਂ ਧਰਮ ਦੇ ਨਾਂ ਤੇ ਇਹ ਕੀਤਾ, ਧਰਮ ਦੇ ਨਾਂ ਤੇ ਇਹ ਕੀਤਾ। ਹਜ਼ੂਰ ਕਹਿੰਦੇ ਨੇ ਬਸ ਇਹੋ ਗੱਲ ਦਾ ਹੰਕਾਰ ਲਈ ਫਿਰਦਾ, ਪਰ ਰੱਬ ਇਹਦੇ ਕਰਮ ਧਰਮ ਦਾ ਜੋ ਕਰਦਾ ਰੱਬ ਇਹਦਾ ਕੌਡੀ ਮੁੱਲ ਨਹੀਂ ਪਾਉਂਦਾ। ਸਾਧ ਸੰਗਤ ਧੰਨ ਸ੍ਰੀ ਗੁਰੂ ਮਹਾਰਾਜ ਕਹਿਣਾ ਚਾਹੁੰਦੇ ਨੇ ਭਾਈ, ਕਰਮ ਧਰਮ ਪਖੰਡ ਜੋ ਦੀਸੇ ਤਿੰਨ ਜਮ ਜੁਗਾਤੀ ਲੂਟ ਹੈ, ਇਹਦੇ ਜਮ ਦੂਤ ਮਸੂਲ ਵਿੱਚ ਹੀ ਲੈ ਲੈਂਦਾ। ਹਾਂਜੀ, ਜਿਸ ਭੇਟੀ ਹੈ ਸਫਲ ਮੂਰਤ ਕਰੈ ਸਦਾ ਕੀਰਤ। ਉਹ ਗੁਰੂ ਮਿਲ ਜੇ ਜਿਹੜਾ ਸਾਰੇ ਫਲ ਦੇਣ ਵਾਲਾ ਹੈ, ਮਹਾਰਾਜ ਕਹਿੰਦੇ ਉਹਦਾ ਮਲਾਪ ਹੋ ਜਾਏ। ਗੁਰ ਪ੍ਰਸਾਦ ਕੋ ਨੇਤਰ ਹੋ ਪੇਖੈ। ਗੁਰੂ ਦੀ ਕਿਰਪਾ ਹੋ ਜਾਏ ਫਿਰ ਉਹ ਬੰਦਾ ਆਪਣੇ ਨੇਤਰਾਂ ਨਾਲ ਹਰ ਪਾਸੇ ਰੱਬ ਨੂੰ ਹੀ ਵੇਖਦਾ ਹੈ। ਮਨ ਹੱਠ ਜੋ ਕਮਾਵੈ ਤਿਲ ਨਾ ਲੇਖੈ ਪਾਵੈ। ਬੜੇ ਧਿਆਨ ਨਾਲ ਸੁਣਨਾ ਸਾਧ ਸੰਗਤ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਜਿਹੜਾ ਬੰਦਾ ਮਨ ਦਾ ਹੱਠ ਕਰਕੇ ਧਰਮ ਦੇ ਨਾਂ ਤੇ ਸਰੀਰ ਨੂੰ ਦੁਖੀ ਕਰਦਾ ਹੈ, ਧਰਮ ਦੇ ਨਾਂ ਤੇ ਜਿਹੜਾ ਮਨ ਹੱਠ ਰੱਖ ਕੇ ਕਰਮ ਧਰਮ ਕਰਦਾ ਹੈ, ਰੱਬ ਉਹਦਾ ਜੋ ਕੁਝ ਕੀਤਾ ਹੁੰਦਾ ਮਨ ਹੱਠ ਕਰਕੇ ਲੇਖੇ ਵਿੱਚ ਨਹੀਂ ਪਾਉਂਦਾ।
ਮੈਂ ਸਮਾਪਤੀ ਕਰਾਂ, ਦੋ ਪੰਕਤੀਆਂ ਰਹਿ ਗਈਆਂ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਤਾ ਕੀ ਕਹਿੰਦੇ, ਕਾਹੇ ਕੋ ਡਿੰਬ ਕਰੇ ਮਨ ਮੂਰਖ, ਡਿੰਬ ਕਰੇ ਆਪਣੀ ਪਤ ਖਵੇ ਹੈ। ਉਹ ਭਾਈ ਲੋਕਾਂ ਨੂੰ ਪਖੰਡ ਕਰਕੇ ਨਾ ਦੱਸ, ਤੇਰੀ ਇੱਜ਼ਤ ਲੋਕ ਵਿੱਚ ਵੀ ਨਹੀਂ ਰਹਿਣੀ, ਪਰਲੋਕ ਵਿੱਚ ਵੀ ਨਹੀਂ ਰਹਿਣੀ। ਕਾਹੇ ਕੋ ਡਿੰਬ ਕਰੇ ਮਨ ਮੂਰਖ, ਡਿੰਬ ਕਰੇ ਆਪਣੀ ਪਤ ਖੋਏ ਹੈ। ਕਾਹੇ ਕੋ ਲੋਕ ਠਗੈ ਠਗ ਲੋਗਣ, ਲੋਕ ਗਏ ਪਰਲੋਕ ਗਏ ਹੈ। ਜਿਹੜਾ ਤੂੰ ਲੋਕਾਂ ਨੂੰ ਠੱਗਣਾ, ਤੇਰਾ ਲੋਕ ਵੀ ਜਾਣਾ, ਤੇਰਾ ਪਰਲੋਕ ਵੀ ਬਰਬਾਦ ਹੋ ਜਾਣਾ। ਦੀਨ ਦਿਆਲ ਕੀ ਠੋਰ ਜਾਂ, ਤੇ ਠੋਰ ਬਿਖੈ ਤੋਏ ਠੋਰ ਨਾ ਐ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਜਿੱਥੇ ਮੇਰੇ ਦੀਨ ਦਿਆਲੂ ਜੀ ਰਹਿੰਦੇ ਨੇ, ਉੱਥੇ ਨੀ ਤੈਨੂੰ ਥਾਂ ਮਿਲਣਾ। ਚੇਤ ਰੇ ਚੇਤ ਅਚੇਤ ਮਾਂ ਜੜ, ਭੇਖ ਕੀਨੇ ਲੇਖਣ ਪੈ। ਉਹ ਭੇਖ ਵਿੱਚ ਨਹੀਂ ਰਹਿੰਦਾ। ਇਸ ਤਰ੍ਹਾਂ ਭਾਈ ਰੱਬ ਦਾ ਮਿਲਾਪ ਨਹੀਂ ਹੁੰਦਾ ਪਖੰਡਾਂ ਦੇ ਨਾਲ, ਮਨ ਹੱਠ ਰੱਖ ਕੇ। ਹਾਂਜੀ, ਬਗੁਲ ਜਿਉਂ ਧਿਆਨ ਲਾਵੇ ਮਾਇਆ ਰੇ ਧਾਰੀ। ਮਨ ਦਾ ਹੱਠ ਕਰਕੇ ਕਰਮ ਧਰਮ ਕਰਦਾ, ਬਗਲੇ ਵਾਂਗ ਇਹਦਾ ਧਿਆਨ ਹੈ, ਅਸਲ ਇਹਦੀ ਸੁਰਤ ਮਾਇਆ ਵਿੱਚ ਹੀ ਹੈ। ਕੋਈ ਐਸੋ ਰੇ ਸੁਖਦਾਈ, ਪ੍ਰਭ ਕੀ ਕਥਾ ਸੁਣਾਈ। ਕੋਈ ਇਹੋ ਜਿਹਾ ਭਾਈ ਮਿਲੇ ਜਿਹੜਾ ਸੁਖਦਾਈ ਗੱਲਾਂ ਸੁਣਾਵੇ, ਪ੍ਰਭੂ ਜੀ ਦੀ ਕਥਾ ਸੁਣਾਏ। ਹਾਂਜੀ, ਤਿਸ ਭੇਟੇ ਗਤ ਹੋਏ ਹਮਾਰੀ। ਜਿਸ ਗੁਰੂ ਨੂੰ ਮਿਲ ਕੇ ਸਾਡੀ ਗਤੀ ਹੋ ਜੇ, ਪਾਪ ਗਿਆ ਸਾਨੂੰ ਮੁਕਤੀ ਮਿਲ ਜਾਏ। ਸੋ ਪ੍ਰਸੰਨ ਗੋਪਾਲ ਰਾਏ, ਕਾਟੈ ਰੇ ਬੰਧਨ ਮਾਏ। ਜਦੋਂ ਰੱਬ ਜੀ ਪ੍ਰਸੰਨ ਹੁੰਦੇ ਨੇ, ਉਸ ਬੰਦੇ ਦੇ ਮਾਇਆ ਦੇ ਬੰਧਨ ਸਾਰੇ ਤੋੜ ਦਿੰਦਾ ਰੱਬ। ਜਿਹ ਠਾਕੁਰ ਸੋ ਪ੍ਰਸੰਨ ਪਇਓ, ਸਤ ਸੰਗਤ ਤੇ ਪਿਆ। ਜਿਹਦੇ ਤੇ ਰੱਬ ਖੁਸ਼ ਹੋ ਜੇ। ਆਹ ਬਚਨ ਸੋਲੋਂ ਸਮਾਪਤੀ ਕਰਾਂ। ਹਜ਼ੂਰ ਕਹਿੰਦੇ ਨੇ, ਪੁੱਤਰਾਂ ਜਿਹਦੇ ਦੇ ਰੱਬ ਪ੍ਰਸੰਨ ਹੋ ਜਾਏ, ਸੋ ਪ੍ਰਸੰਨ, ਜਿਹਦੇ ਦੇ ਪੂਰਾ ਪ੍ਰਸੰਨ ਰੱਬ ਹੋ ਜਾਏ। ਜੇ ਠਾਕੁਰ ਸੋ ਪ੍ਰਸੰਨ ਪਏ, ਉਹ ਸਤ ਸੰਗਤ ਤੇ ਪਿਆਰ, ਉਹਦਾ ਸੰਗਤ ਵਿੱਚ ਆਉਣ ਨੂੰ ਜੀ ਕਰਦਾ, ਸਤ ਸੰਗਤ ਵਿੱਚ ਉਹਦਾ ਆਉਣ ਜਾਣ ਹੋ ਜਾਂਦਾ। ਜੇ ਠਾਕੁਰ ਸੋ ਪ੍ਰਸੰਨ ਪਏ, ਸਤ ਸੰਗਤ ਤੇ ਪਿਆਰ, ਹਰ ਗੁਰੂ ਨਾਨਕ ਜਿਨ ਪਰਸਿਓ, ਤਿੰਨ ਸਭ ਕੁੱਲ ਕੀ ਉਧਾਰ। ਇੱਕੀ ਕੁਲਾਂ ਨੀ, ਸਾਰੀਆਂ ਕੁਲਾਂ ਦਾ ਹੀ ਉਧਾਰ ਹੋ ਜਾਂਦਾ। ਹਾਂਜੀ, ਗੁਰ ਕੈ ਸ਼ਬਦ ਮੇਰਾ ਮਨ ਰਤਾ। ਹੁਣ ਗੁਰੂ ਦੇ ਸ਼ਬਦ ਵਿੱਚ ਹੀ ਮੇਰਾ ਮਨ ਰਤਾ ਰਹਿੰਦਾ ਹੈ। ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ। ਜਦੋਂ ਸਾਨੂੰ ਨਿਰਭੈ ਪਰਮੇਸ਼ਰ ਮਿਲ ਗਿਆ, ਹਜ਼ੂਰ ਕਹਿੰਦੇ ਸਾਡੇ ਅੰਦਰ ਹੁਣ ਆਨੰਦ ਹੀ ਆਨੰਦ ਵਰਤ ਗਿਆ। ਸੁਖ ਨਾਨਕ ਲਾਦੇ ਹਰ ਚਰਨ ਪਰਾਤਾ। ਹੁਣ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੋ ਗਈ ਹੈ, ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਹਰ ਵੇਲੇ ਲਿਵਲੀਨ ਰਹਿੰਦੇ ਹਾਂ। ਸਫਲ ਸਫਲ ਭਾਈ ਸਫਲ ਯਾਤਰਾ। ਮਹਾਰਾਜ ਕਹਿੰਦੇ, ਭਾਈ ਜਿਹੜੀ ਯਾਤਰਾ ਕਰਨ ਆਪਾਂ ਆਏ ਸਨ, ਉਹ ਹੁਣ ਸਫਲ ਹੋ ਗਈ ਯਾਤਰਾ। ਅਸੀਂ ਤੀਰਥਾਂ 'ਤੇ ਜਾਂਦੇ ਹਾਂ, ਇੱਕ ਤਾਂ ਉਹ ਯਾਤਰਾ ਹੁੰਦੀ, ਜਿਹੜੀ ਅਸੀਂ ਸੰਸਾਰਕ ਯਾਤਰਾ ਕਰਨੇ ਹਾਂ। ਹਜ਼ੂਰ ਕਹਿੰਦੇ, ਭਾਈ ਹੁਣ ਸਾਡੀ ਯਾਤਰਾ ਸਫਲ ਹੋ ਗਈ ਹੈ, ਸਾਡੀ ਯਾਤਰਾ ਸਫਲ ਹੋ ਗਈ ਹੈ। ਆਵਣ ਜਾਣ ਰਹੇ ਮਿਲੇ ਸਾਦਾ। ਗੁਰੂ ਨੂੰ ਮਿਲ ਕੇ ਸਾਡੇ ਆਉਣ ਜਾਣ ਦੇ ਗੇੜ ਸਾਰੇ ਮੁੱਕ ਗਏ ਨੇ। ਰਹਾਉ ਦੂਜਾ ਸਾਧ ਸੰਗਤ ਅਸ਼ਟਪਦੀ ਦਾ ਸ਼ਬਦ ਸੀ ਇਹਦੇ ਵਿੱਚ। ਰਹਾਉ ਦੀਆਂ ਪੰਕਤੀਆਂ ਦੋ ਆਈਆਂ ਨੇ, ਆਖਰੀ ਪੰਕਤੀ ਵਿੱਚ ਹਜ਼ੂਰ ਕਹਿੰਦੇ ਨੇ ਉਹਨਾਂ ਦੀ ਯਾਤਰਾ ਸਫਲ ਹੋ ਜਾਂਦੀ ਹੈ, ਜਿਹੜੇ ਗੁਰੂ ਕੇ ਲੜ ਲੱਗਦੇ ਨੇ, ਪਰਮੇਸ਼ਰ ਦੀ ਭਗਤੀ ਕਰਦੇ ਨੇ। ਪਰਮੇਸ਼ਰ ਨਾਲ ਜਿਨ੍ਹਾਂ ਦਾ ਮਿਲਾਪ ਹੋ ਜਾਂਦਾ, ਉਹ ਫਿਰ ਪਰਮੇਸ਼ਰ ਨੂੰ ਮਿਲ ਪੈਂਦੇ ਨੇ, ਉਹਨਾਂ ਦੀ ਜੀਵਨ ਯਾਤਰਾ ਸਫਲ ਹੋ ਜਾਂਦੀ ਹੈ। ਆਵਣ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਟੋਰ। ਮੈਨੂੰ ਮਾਫ ਕਰਨਾ, ਹਜ਼ੂਰ ਕਹਿੰਦੇ ਅਸੀਂ ਪੜ੍ਹ ਦਿੰਦੇ ਐੜਾ ਅੰਬ, ਆ 52 ਅੱਖਰੀ ਪੜ੍ਹ ਕੇ ਦੇਖੋ।
ਗੁਰੂ ਅਰਜਨ ਸਾਹਿਬ ਕਹਿੰਦੇ ਐੜਾ ਕਹਿੰਦਾ ਆ ਤੇ ਗਏ ਆ ਦੁਨੀਆਂ ਵਿੱਚ, ਜੇ ਆਉਣ ਦਾ ਮਤਲਬ ਬਣਾਉਣਾ ਪਤਾ ਲੱਗਾ ਸਾਡੀ ਗਿਣਤੀ ਪਸ਼ੂਆਂ ਵਿੱਚ ਹੈ, ਸਾਡੀ ਗਿਣਤੀ ਜਾਨਵਰਾਂ ਵਿੱਚ ਹੈ। ਮਹਾਰਾਜ ਕਹਿੰਦੇ ਆਉਣ ਜਾਣ ਮੁੱਕ ਗਿਆ ਗੁਰੂ ਦੀ ਕਿਰਪਾ ਨਾਲ, ਯਾਤਰਾ ਸਾਡੀ ਸਫਲ ਹੋ ਗਈ ਹੈ, ਬੜੀ ਦੂਰ ਦਰੇਡੇ ਤੋਂ ਸੰਗਤ ਚੱਲ ਕੇ ਹਰਿਮੰਦਰ ਸਾਹਿਬ ਆਈ ਹੈ। ਧੰਨ ਗੁਰੂ ਰਾਮਦਾਸ ਮਹਾਰਾਜ, ਕਿਰਪਾ ਕਰਨ ਸਾਡੀ ਵੀ ਇੱਥੇ ਯਾਤਰਾ ਸਫਲ ਕਰਨ, ਆਪਣੇ ਚਰਨਾਂ ਨਾਲ ਲਿਵ ਲਾਉਣ। ਇਹ ਰਹਾਓ ਦੂਜਾ ਦੀ ਪੰਕਤੀ ਸੀ। ਭਾਈ ਸਾਹਿਬ ਭਾਈ ਬਲਜੀਤ ਸਿੰਘ ਹੋਰਾਂ ਬੜਾ ਸੁੰਦਰ ਪਾਠ ਕੀਤਾ, ਵਾਹਿਗੁਰੂ ਦੀ ਪਾਰ ਕਿਰਪਾ ਰਸਨਾਂ 'ਤੇ ਵੱਸ ਕੇ ਆਪ ਸੇਵਾ ਲੈਂਦੇ ਨੇ ਗੁਰੂ ਬਖਸ਼ਣਹਾਰ, ਗੁਰੂ ਕੀ ਸੰਗਤ ਬਖਸ਼ਣਹਾਰ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ। ਆਓ ਆਖਰੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ, ਰਹਾਓ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।